ਔਰਤ ਨੂੰ ਵੀ ਦੇਖੋ, ਔਰਤ ਕਿੱਥੇ ਆ, ਔਰਤ ਕਿਸ ਲਾਲਚ ਕੰਮ ਕਰਦੀ ਹੈ, ਉਹਦਾ ਸਰੀਰ ਹੈ, ਉਹਦਾ ਜਿਸਮ ਹੈ ਉਹਦਾ ਆਪਣਾ। ਉਹਨਾਂ ਲੀਡਰਸ ਨੂੰ ਬਦਲਣ ਦੀ ਲੋੜ ਹੈ, ਚੱਡਾ ਹੋ ਗਿਆ, ਲੰਗਾਹ ਹੋ ਗਿਆ, ਜਿੰਨੇ ਇਹੋ ਜਿਹੇ ਲੀਡਰ ਨੇ, ਇਹ ਜਾਂ ਫਿਰ ਇਹ ਸ਼ਰੇਆਮ ਖੁੱਲ੍ਹੇਆਮ ਹੋ ਜਾਣਾ ਚਾਹੀਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਰੂਸ ਆਲਮ ਦੇ ਨਾਲ ਬੈਠਾ ਆ ਤਾਂ ਉਹ ਬੈਠਾ ਸ਼ਰੇਆਮ ਬੈਠਾ ਆ। ਪੜ੍ਹਿਆ ਹੋਣਾ ਕਿ ਜਿਹੜਾ ਤਖ਼ਤ ਕੇਸਗੜ੍ਹ ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਆ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਉਹਨਾਂ ਨੇ ਤਿੰਨ ਸ਼ਾਦੀਆਂ ਕਰਾਈਆਂ ਹੋਈਆਂ। ਪਰ ਇੱਕ ਗਰੀਬ ਦੀ ਧੀ ਜਦੋਂ ਜਾਂਦੀ ਹੈ, ਮੇਰੀ ਪੱਤ ਲੁੱਟੀ ਗਈ ਆ, ਮੈਨੂੰ ਉਹਦੇ ਫਲਾਣੇ ਜ਼ਿਮੀਂਦਾਰਾਂ ਦੇ ਮੁੰਡੇ ਨੇ ਮੈਨੂੰ ਆਪਣਾ ਨੋਚਿਆ, ਉਸ ਟਾਈਮ ਕਦੂਰੀ ਖੇਡਦਾ। D5 ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫੇਰ ਸਟੂਡੀਓ ਦੇ ਵਿੱਚ ਸਵਾਗਤ ਹੈ। ਚੀਫ ਖਾਲਸਾ ਦੀਵਾਨ ਦਾ ਮੁੱਦਾ ਇਸ ਵੇਲੇ ਭਖਿਆ ਹੋਇਆ, ਚਰਨਜੀਤ ਸਿੰਘ ਚੱਡਾ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ, ਹਾਲਾਂਕਿ ਉਹਨਾਂ ਨੇ ਆਪ ਅਸਤੀਫਾ ਨਹੀਂ ਦਿੱਤਾ। ਉੱਧਰ ਜਿਸ ਔਰਤ ਦੇ ਨਾਲ ਉਹਨਾਂ ਦਾ ਵੀਡੀਓ ਵਾਇਰਲ ਹੋਇਆ, ਉਹਨੇ DGP ਨੂੰ ਸ਼ਿਕਾਇਤ ਕੀਤੀ ਹੈ, ਔਰ ਚਰਨਜੀਤ ਚੱਡਾ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਇਸ ਵੇਲੇ ਬਣਦੀ ਹੈ। ਹਾਲਾਂਕਿ ਚਰਨਜੀਤ ਚੱਡਾ ਨੇ ਸਪਤੰਬਰ ਦੇ ਵਿੱਚ ਵਾਇਰਲ ਹੋਣ ਦੇ ਪਹਿਲਾਂ ਹੀ ਵੀਡੀਓ ਨੂੰ ਉਹਨਾਂ ਆਪਣੇ ਇੰਪਲੋਇਜ਼ ਨੂੰ, ਜੋ ਉਹਨਾਂ ਦੇ ਉੱਥੇ ਕੰਮ ਕਰਦੇ ਸੀ ਚੀਫ ਖਾਲਸਾ ਦੀਵਾਨ CMD ਔਫਿਸ ਦੇ ਵਿੱਚ, ਜਿਨ੍ਹਾਂ ਨੇ ਉਹ ਵੀਡੀਓ ਕਥਕ ਤੌਰ 'ਤੇ ਲੀਕ ਕੀਤੀ ਹੈ ਜਾਂ ਉਹ ਵੀਡੀਓ ਬਣਾਈ ਹੈ ਜੋ ਇਹਨਾਂ ਦੇ ਖਿਲਾਫ਼ ਸਾਜ਼ਿਸ਼ ਰਚੀ ਹੈ, ਤਾਂ ਉਹਦੇ ਖਿਲਾਫ਼ ਚਰਨਜੀਤ ਚੱਡਾ ਪਹਿਲਾਂ ਹੀ ਸ਼ਿਕਾਇਤ ਕਰ ਚੁੱਕੇ ਨੇ, ਔਰ ਉਹ ਸ਼ਿਕਾਇਤ ਦੇ ਉੱਤੇ ਹਜੇ ਕਾਰਵਾਈ ਹੋ ਰਹੀ ਸੀ ਕਿ ਵੀਡੀਓ ਵਾਇਰਲ ਹੋ ਗਿਆ, ਜਲੰਧਰ ਦੇ ਵਿੱਚ ਗ੍ਰਿਫਤਾਰੀਆਂ ਹੋ ਗਈਆਂ ਨੇ, ਦੂਜੇ ਪਾਸੇ DGP ਨੂੰ ਸ਼ਿਕਾਇਤ ਚਲੀ ਗਈ ਹੈ ਉਸ ਔਰਤ ਦੀ। ਅਤੇ ਇਸ ਸਾਰੀ ਘਟਨਾ ਦੇ ਉੱਤੇ ਇਸ ਵੇਲੇ ਰਾਜਨੀਤੀ ਪੰਜਾਬ ਦੀ ਸਰਗਰਮ ਹੈ, ਅਸੀਂ ਇਸੇ ਵਿਸ਼ੇ 'ਤੇ ਅੱਜ ਗੱਲ ਕਰਨ ਜਾ ਰਹੇ ਹਾਂ, ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਜ਼ ਮਹਿਮਾਨ ਜੋ ਮੌਜੂਦ ਨੇ, ਉਹਨੇ ਗੁਰਨਾਮ ਸਿੰਘ ਅਕੀਦਾ ਜੋ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ, ਅਤੇ ਦੂਜੇ ਪਾਸੇ ਕਰਨੈਲ ਸਿੰਘ ਪੰਜੌਲੀ ਜੋ ਕਿ SGPC ਮੈਂਬਰ ਨੇ, ਔਰ ਬੇਖੌਫ ਬੇਬਾਕ ਉਹ ਧਰਮ ਦੇ ਬਾਰੇ ਗੱਲ ਕਰਦੇ ਨੇ। ਅੱਜ ਇਹਨਾਂ ਦੋਨਾਂ ਗੈਸਟ ਦੇ ਨਾਲ ਅਸੀਂ ਆਪਣੀ ਚਰਚਾ ਅੱਗੇ ਵਧਾਉਂਦੇ ਹਾਂ। ਪੰਜੌਲੀ ਸਾਹਿਬ, ਸਭ ਤੋਂ ਪਹਿਲਾਂ ਮੈਂ ਸਵਾਲ ਤੁਹਾਨੂੰ ਕਰੂੰਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਹੁਤ ਵੱਡੀ ਸੇਧ ਦਿੱਤੀ ਹੈ ਜੀਵਨ ਜਾਂਚ ਦੀ, ਜੀਵਨ ਜਿਉਣ ਦੀ। ਕਈ ਧਰਮ ਗ੍ਰੰਥਾਂ ਦਾ ਨਿਚੋੜ ਮੰਨਿਆ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿ ਜੋ ਵੀ ਅਸੀਂ ਪੁਰਾਣੇ ਸਾਡੇ ਗ੍ਰੰਥਾਂ ਦੇ ਵਿੱਚ ਪੜ੍ਹਦੇ ਆਏ ਹਾਂ, ਪਰ ਜੋ ਸਾਡਾ ਨੌਜਵਾਨ ਧਰਮ ਹੈ, ਸਿੱਖ ਧਰਮ ਹੈ, ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਵਿੱਚ ਜਿਉਣ ਦਾ ਇੱਕ ਬਲ ਬਖਸ਼ਿਆ ਗਿਆ, ਇੱਕ ਹਿੰਮਤ ਬਖਸ਼ੀ ਗਈ ਹੈ, ਔਰ ਹਰ ਸਿੱਖ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਫੋਲੋ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਉੱਦਾਂ ਦਾ ਜੀਵਨ ਜਿਉਣ ਦੀ ਗੱਲ ਕਰਦਾ ਆ। ਪਰ ਮੈਂ ਇਹ ਪੁੱਛਣਾ ਚਾਹੂੰਗਾ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਇਸ ਵੇਲੇ ਚਰਨਜੀਤ ਸਿੰਘ ਚੱਡਾ 'ਤੇ ਲੱਗੇ ਨੇ, ਧਰਮ ਜੋ ਹੈ ਸਾਡਾ ਜਾਂ ਗੁਰੂ ਗ੍ਰੰਥ ਸਾਹਿਬ ਹੈ, ਉਹਦੇ ਵਿੱਚ ਪਰਾਈ ਔਰਤ ਨਾਲ ਸੰਬੰਧ ਬਣਾਉਣ ਨੂੰ ਕਿਸ ਤਰੀਕੇ ਨਾਲ ਦੱਸਿਆ ਗਿਆ, ਉਹਦੇ ਬਾਰੇ ਕੀ ਉਹਦੇ ਵਿੱਚ ਕਿਹਾ ਗਿਆ ਆ ਕਿ ਇਹ ਗਲਤ ਹੈ, ਤਾਂ ਕਿਸ ਤਰ੍ਹਾਂ ਗਲਤ ਹੈ, ਇਹਦੇ ਬਾਰੇ ਸਾਨੂੰ ਦੱਸੋ। ਗੱਲ ਅਸਲ ਵਿੱਚ ਇਹ ਹੈ ਵੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰੱਬੀ ਬਾਣੀ 21 ਤੋਂ ਲੈ ਕੇ 18-10-20 ਤੱਕ, ਜਿਸ ਨੂੰ 10 ਗੁਰੂ ਸਾਹਿਬਾਨ ਨੇ, 15 ਭਗਤਾਂ ਨੇ, ਸੰਤ ਮਹਾਂਪੁਰਸ਼ਾਂ ਨੇ, ਭੱਟਾਂ ਨੇ ਲਿਖਿਆ, ਉਸ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨੰਦੇੜ ਸਾਹਿਬ ਦੀ ਧਰਤੀ 'ਤੇ ਗੁਰਿਆਈ ਦੀ ਪਦਵੀ ਬਖਸ਼ਿਸ਼ ਕੀਤੀ ਸੀ। ਅਤੇ ਮਹਾਰਾਜ ਨੇ ਕਿਹਾ ਸੀ ਵੀ ਮਨੁੱਖੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕਰ ਦਿੱਤਾ। ਮਨੁੱਖ ਦਾ ਧਰਮ ਕਿਹੋ ਜਿਹਾ ਹੋਣਾ ਚਾਹੀਦਾ, ਉਹਦੀ ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ,
ਉਹਦਾ ਨਿੱਜੀ ਜੀਵਨ, ਉਹਦਾ ਸਮਾਜਿਕ ਜੀਵਨ, ਉਹਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਦਰਜ ਕੀਤੀਆਂ ਹੋਈਆਂ ਨੇ। ਔਰ ਮਹਾਰਾਜ ਨੇ ਬੜਾ ਸਪਸ਼ਟ ਸ਼ਬਦਾਂ ਵਿੱਚ ਹੁਕਮ ਦਿੱਤਾ ਹੋਇਆ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਅਸੀਂ ਆਪਣੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਰਹਿਤ ਮਰਿਆਦਾ ਬਣਾਈ ਹੈ, ਉਸ ਰਹਿਤ ਮਰਿਆਦਾ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਬੜੀ ਸਪਸ਼ਟ ਲਿਖੀ ਹੈ। ਮਹਾਰਾਜ ਕਹਿੰਦੇ ਨੇ, ਨਿੱਜ ਨਾਰੀ ਸਿਉ ਨਿੱਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਫਨੇ ਪੀ ਨਾ ਜਾਈਓ। ਔਰ ਜਿਹੜਾ ਮਨੁੱਖ ਮਤਲਬ ਸ਼ਾਦੀਸ਼ੁਦਾ ਜਿਹਦੇ ਬੱਚੇ ਨੇ ਅਤੇ ਉਸ ਤੋਂ ਬਾਅਦ ਉਹ ਕਿਸੇ ਪਰਾਈ ਔਰਤ ਨਾਲ ਮਤਲਬ ਕੁਕਰਮ ਕਰਨ ਦਾ ਯਤਨ ਕਰਦਾ ਹੈ, ਉਹਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਜਰ ਕੁਰਹਿਤ ਲਿਖਿਆ ਗਿਆ ਹੈ। ਔਰ ਇਹੀ ਕਾਰਨ ਸੀ ਕਿ ਤੁਹਾਨੂੰ ਯਾਦ ਹੋਏਗਾ, ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੈਂਬਰ ਸੀਨੀਅਰ ਅਕਾਲੀ ਆਗੂ ਸਰਦਾਰ ਸੁੱਚਾ ਸਿੰਘ ਲੰਗਾ, ਜਦੋਂ ਉਹਦੇ ਉੱਤੇ ਐਲੀਗੇਸ਼ਨ ਲੱਗੇ ਔਰ ਉਹਦੀ ਵੀਡੀਓਜ਼ ਜਿਹੜੀਆਂ ਸੀ ਲੀਕ ਹੋਈਆਂ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ ਸੀ। ਉਹ ਖਾਰਜ ਕਰਨ ਦਾ ਜਿਹੜਾ ਮੁੱਖ ਏਜੰਡਾ ਹੀ ਇਹ ਸੀ ਕਿ ਗੁਰੂ ਸਾਹਿਬ ਜੀ ਨੇ ਇਸ ਨੂੰ ਵਜਰ ਕਰਹਿਤ ਮੰਨਿਆ, ਪੰਥ ਦੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਦਰਜ ਕੀਤਾ ਹੋਇਆ। ਔਰ ਮੈਂ ਇਹ ਸਮਝਦਾ ਜੋ ਆਪਣਾ ਚੀਫ ਖਾਲਸਾ ਦਬਾਨ ਦੇ ਸਰਦਾਰ ਚਰਨਜੀਤ ਸਿੰਘ ਚੱਢਾ ਜਿਹੜੇ ਨੇ, ਉਹ ਇੱਕ ਬਹੁਤ ਵੱਡੀ ਸੰਸਥਾ ਹੈ ਆਪਣੇ ਆਪ ਦੇ ਵਿੱਚ ਚੀਫ ਖਾਲਸਾ ਦੀਵਾਨ। ਫਿਰ ਉਸ ਤੋਂ ਵੀ ਵੱਡੀ ਗੱਲ ਇੱਕ ਇਹ ਹੈ ਕਿ ਉਹ ਬਹੁਤ ਸਾਰੇ ਵਿੱਦਿਅਕ ਅਦਾਰੇ ਚਲਾਉਂਦੇ ਨੇ, 50 ਤੋਂ ਵੱਧ ਉਹਨਾਂ ਦੇ ਵਿੱਦਿਅਕ ਅਦਾਰੇ ਚੱਲਦੇ ਨੇ, ਜਿਨ੍ਹਾਂ ਵਿੱਦਿਅਕ ਅਦਾਰਿਆਂ ਦੇ ਵਿੱਚ ਬੱਚੀਆਂ ਪੜ੍ਹਦੀਆਂ ਨੇ, ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਲੇਡੀਜ਼ ਸਟਾਫ ਹੈ, ਅਤੇ ਐਡੇ ਵੱਡੇ ਮਤਲਬ ਪ੍ਰਬੰਧ ਦਾ ਇੱਕ ਬਹੁਤ ਜ਼ਿੰਮੇਵਾਰ ਬੰਦਾ, ਅਤੇ ਲਗਾਤਾਰ ਇੱਕ ਔਰਤ ਨਾਲ ਕੁਕਰਮ ਕਰਦਾ ਰਿਹਾ, ਉਹਦੀ ਕਿਸੇ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਾ, ਜਾਂ ਉਹਨੂੰ ਐਕਸਪਲਾਈਟ ਕਰਦਾ, ਜਾਂ ਉਹਨੂੰ ਕਿਸੇ ਤਰੀਕੇ ਨਾਲ ਲਾਲਚ ਦੇ ਕੇ ਉਹਨੂੰ ਸ਼ੋਸ਼ਣ ਕਰਨ ਦਾ ਯਤਨ ਕਰਦਾ, ਅਤੇ ਇਹ ਵਜਰ ਗੁਨਾਹ ਹੈ, ਵਜਰ ਪਾਪ ਹੈ, ਅਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ, ਉਹਦੇ ਖਿਲਾਫ਼ ਧਾਰਮਿਕ ਤੌਰ 'ਤੇ ਜਿਹੜੀ ਮਤਲਬ ਤਨ ਉਹਨੂੰ ਸਜ਼ਾ ਦੇਣੀ ਬਣਦੀ ਹੈ, ਉਹ ਸੱਚ ਹੀ ਸਿੱਖੀ ਵਿੱਚੋਂ ਖਾਰਜ ਕਰਨਾ ਬਣਦਾ ਹੀ ਬਣਦਾ। ਇਸ ਤੋਂ ਬਾਅਦ ਮੈਂ ਅਕੀਦਾ ਜੀ ਨੂੰ ਪੁੱਛਣਾ ਚਾਹੂੰਗਾ। ਅਕੀਦਾ ਜੀ, ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ, ਇੱਕ ਆਵਾਜ਼ ਉੱਠ ਰਹੀ ਹੈ ਲੋਕਾਂ ਦੇ ਵਿੱਚ ਕਿ ਕਈ ਔਰਤਾਂ ਨੇ, ਜਿੱਦਾਂ ਸਾਡਾ ਡੌਰੀ ਦਾ ਕਾਨੂੰਨ ਬਣਿਆ ਹੋਇਆ ਜਾਂ ਹੋਰ ਸਾਡੇ ਕਾਨੂੰਨ ਬਣੇ ਹੋਏ ਨੇ, ਜਿਹੜੇ ਕਿ ਔਰਤ ਵੱਲ ਜ਼ਿਆਦਾ ਬਾਇਸਡ ਨੇ, ਇਹਨਾਂ ਚੀਜ਼ਾਂ ਦਾ ਵੀ ਫਾਇਦਾ ਅੱਜ ਔਰਤ ਲੈਣਾ ਚਾਹ ਰਹੀ ਹੈ, ਅਤੇ ਤੁਹਾਨੂੰ ਇਹ ਲੱਗਦਾ ਆ ਕਿ ਕਿਤੇ ਨਾ ਕਿਤੇ ਔਰਤ ਜੋ ਹੈ ਇਸ ਵੇਲੇ ਇਸ ਕਾਨੂੰਨ ਨੂੰ ਮਿਸਯੂਜ਼ ਵੀ ਕਰਨਾ ਚਾਹ ਰਹੀ ਹੈ ਜਾਂ ਵਿਅਕਤੀਆਂ ਨੂੰ ਬਦਨਾਮ ਕਰਨ ਲਈ, ਜਾਂ ਹੋ ਸਕਦਾ ਹੈ ਕਈ ਸੱਚੀਆਂ ਵੀ ਨੇ ਬਹੁਤ ਔਰਤਾਂ ਜਿਨ੍ਹਾਂ ਦੇ ਸੱਚੇ ਕੇਸ ਨੇ, ਜਿਨ੍ਹਾਂ ਦੇ ਉੱਤੇ ਤਸ਼ੱਦਦ ਹੁੰਦਾ ਆ ਜਾਂ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਆ, ਚਾਹੇ ਉਹ ਸੈਕਸੁਅਲੀ ਐਕਸਪਲੋਇਟ ਕੀਤਾ ਜਾਵੇ, ਚਾਹੇ ਉਹ ਸੈਕਸੁਅਲੀ ਹਰੈਸ ਕੀਤਾ ਜਾਵੇ, ਪਰ ਕੁਛ ਥੋੜ੍ਹਾ ਬਹੁਤ ਇਹ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਨੂੰ ਫਾਇਦਾ ਵੀ ਹੋ ਰਿਹਾ, ਜੋ ਕਿ ਗਲਤ ਰਾਜਨੀਤੀਕਰਨ ਦੇ ਕਾਰਨ ਜਾਂ ਰਾਜਨੀਤਿਕ ਹੱਥਾਂ ਲੋਕਾਂ ਦੇ ਹੱਥਾਂ ਦੇ ਵਿੱਚ ਚੜ੍ਹ ਕੇ ਇਸ ਕਾਨੂੰਨ ਨੂੰ ਮਿਸਯੂਜ਼ ਜਾਂ ਐਕਸਪਲੋਇਟ ਕਰਨਾ ਚਾਹੁੰਦੇ ਨੇ। ਕਾਨੂੰਨ ਇਹਦੇ ਬਾਰੇ ਕੀ ਕਹਿੰਦਾ? ਰਵਿੰਦਰ ਜੀ, ਜਿਹੜਾ ਤੁਹਾਡੀ ਮਤਲਬ ਡਿਬੇਟ ਜਿਹੜੀ ਤੁਹਾਡੀ ਤੁਸੀਂ ਕਰ ਰਹੇ ਹੋ ਇਸ ਚੈਨਲ ਦੇ ਉੱਪਰ, ਇਹ ਡਿਬੇਟ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਡਿਬੇਟ ਚੱਲਣੀ ਚਾਹੀਦੀ ਆ। ਪੰਜੋਲੀ ਸਾਹਿਬ ਨੇ ਆਪਣੇ ਜਿਹੜੇ ਬਿਆਨ ਜੋ ਆਪਣੇ ਵਿਚਾਰ ਪ੍ਰਗਟ ਕੀਤੇ ਨੇ, ਮੈਂ ਸਤਿਕਾਰ ਕਰਦਾ ਉਹਦਾ ਬਹੁਤ ਜ਼ਿਆਦਾ। ਗੌਤਮ ਰਿਸ਼ੀ ਨੂੰ ਖਤਮ ਕਰਨ ਵਾਸਤੇ ਭੇਜੀ ਗਈ ਸੀ ਇੱਕ ਔਰਤ, ਉਹ ਸਿਆਸਤ ਸੀਗੀ, ਬੜੀ ਵੱਡੀ ਸਿਆਸਤ ਸੀਗੀ। ਉਹ ਔਰਤ ਕਿਵੇਂ ਗਈ ਆ ਉੱਥੇ,
ਕਿਸ ਤਰ੍ਹਾਂ ਗਈ ਹੈ ਅਤੇ ਇਹ ਜਿਹੜੇ ਜਾਣਦੇ ਆ ਪੜ੍ਹਦੇ ਆ ਮਿਥਿਹਾਸ ਨੂੰ ਜਾਂ ਇਤਿਹਾਸ ਨੂੰ ਉਹਨਾਂ ਨੂੰ ਪਤਾ। ਸ਼ੇਰ ਸਿੰਘ ਘੁਬਾਇਆ ਦੀ ਸੀਡੀ ਬਾਹਰ ਆਈ, ਸ਼੍ਰੋਮਣੀ ਅਕਾਲੀ ਦਲ ਚੁੱਪ ਰਿਹਾ, ਕੁਛ ਨਹੀਂ, ਕੋਈ ਗੱਲ ਨਹੀਂ ਕੀਤੀ, ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਵੋਟਾਂ ਸੀਗੀਆਂ ਰਾਏ ਸਿੱਖਾਂ ਦੀਆਂ, ਜਾਂ ਉਹ MP ਸੀਗਾ, ਜਾਂ ਕੀ ਕਾਰਨ ਸੀ, ਇਹਦੇ ਪਿੱਛੇ ਕਿਹੜੇ ਕਾਰਨ ਰਹੇ ਹੋਣਗੇ ਕਿ ਸ਼ੇਰ ਸਿੰਘ ਘੁਬਾਇਆ ਨੇ ਕੁਛ ਨਹੀਂ ਕੀਤਾ। ਸਰਕਾਰ ਚਲੀ ਗਈ, ਸਰਕਾਰ ਚਲੀ ਜਾਣ ਤੋਂ ਬਾਅਦ ਲੰਗਾਹ ਸਾਹਿਬ ਨੂੰ ਹੀ ਆ ਗਏ ਬਾਹਰ ਸਾਡੇ ਬੱਬਰ ਸ਼ੇਰ ਬਣ ਕੇ, ਅਤੇ ਲੰਗਾਹ ਸਾਹਿਬ ਨੇ ਇਹੋ ਜਿਹੀ ਬੱਬਰ ਸ਼ੇਰੀ ਕੀਤੀ ਅਤੇ ਉਹਨੂੰ ਕੱਢਤਾ ਜਿਹਦੇ ਸਿੱਖ ਧਰਮ 'ਚੋਂ। ਘੁਬਾਏ ਨੂੰ ਕਿਉਂ ਨਹੀਂ ਕੱਢਿਆ ਗਿਆ ਜੀ? ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਹੜੇ ਪਾਸੇ ਨੂੰ ਝੁੱਕ ਰਿਹਾ? ਅਤੇ ਹੁਣ ਅਚਾਨਕ ਹੀ ਸਾਡੇ ਚੀਫ ਖਾਲਸਾ ਦੀਵਾਨ ਦੀ ਜਿਹੜੀ ਸੀਡੀ ਬਾਹਰ ਆਉਂਦੀ ਆ, ਬੀਬੀ ਆਉਂਦੀ ਆ, ਯਾਰ ਐਡੀ ਵੀ ਕੀ ਗੱਲ ਆ ਰਵਿੰਦਰ ਜੀ, ਬਈ ਆਪਣਾ ਇੱਕ ਬੀਬੀ ਲੰਗਾਹ ਕੋਲ ਆਉਂਦੀ ਆ, ਉੱਥੇ ਉਹਦੇ ਹੱਥ ਦੇ ਹੱਥ ਮਾਰਦੀ ਆ, ਉਹਦੇ ਨਾਲ ਬਿਲਕੁਲ ਬਿਲਕੁਲ ਸਪਸ਼ਟ ਹੋ ਰਿਹਾ ਵੀ ਉਹਦੇ ਨਾਲ ਮਿਲੀ ਹੋਈ ਆ, ਉਹ ਮਿਲ ਕੇ ਸਾਰਾ ਕੁਛ ਕਰ ਰਹੀ ਆ, ਉਹਦੇ ਸੰਬੰਧ ਸਪਸ਼ਟ ਕਰ ਰਹੀ ਆ, ਉਹਦੀ ਕੋਈ ਕਾਰਵਾਈ ਨਹੀਂ, ਕੋਈ ਪੜਤਾਲ ਨਹੀਂ ਵੀ ਬੀਬੀ ਨੇ ਇਸ ਤਰ੍ਹਾਂ ਦਾ ਕੰਮ ਕਿਉਂ ਕੀਤਾ। ਕਾਨੂੰਨ ਤੁਹਾਡਾ ਕਿੱਥੇ ਖੜਾ ਜੀ? ਦੂਜੀ ਗੱਲ, ਤੁਸੀਂ ਇੱਥੇ ਹੁਣ ਆਪਣੇ ਆ ਗਏ ਇਹ ਜਿਹੜੇ ਚੀਫ ਖਾਲਸਾ ਦੀਵਾਨ ਵਾਲੇ ਚਰਨ ਚੱਡਾ ਆ ਗਏ, ਚੱਡੇ ਉਹਨਾਂ ਦੇ ਨਾਲ ਕਿਵੇਂ ਉਹ ਆਉਂਦੀ ਆ, ਮਿਲਦੀ ਆ, ਮਿਲ ਕੇ ਉਹਦੇ ਨਾਲ ਗੱਲ ਕਰਦੀ ਆ, ਸੈਲਫੀ ਲੈਂਦੀ ਆ, ਕੀ ਬਦਤਮੀਜ਼ੀ ਜੀ, ਤੁਸੀਂ ਔਰਤ ਦੀ ਕਿਉਂ ਨਹੀਂ ਪੜਤਾਲ ਕਰ ਰਹੇ? ਤੁਸੀਂ ਅਕਾਲ ਤਖ਼ਤ ਸਾਹਿਬ ਫਟ ਕਹਿੰਦੇ ਵੀ ਤਲਬ ਹੋਏ ਉੱਥੇ ਜੀ, ਤਲਬ ਕੀ, ਬਲਕਿ ਠੇਕਾ ਲੈ ਰੱਖਿਆ ਸਾਰੇ ਕੰਮ ਦਾ, ਵੀ ਹਰ ਇੱਕ ਬੰਦੇ ਨੂੰ ਜੇ ਮੈਂ ਚੱਕ ਕੇ ਲੈ ਲਓ ਵੀ ਕਿ ਔਰਤ ਕੋ ਦੋਸ਼ ਲਾ ਦੇ, ਔਰਤ ਕਿਹੋ ਜਿਹੀ ਆ ਉਹ ਦੇਖਣੀ ਤੁਸੀਂ, ਔਰਤ ਕਿਸ ਕੰਮ 'ਤੇ ਕਰਦੀ ਆ ਉਹ ਦੇਖਣੀ ਤੁਸੀਂ, ਔਰਤ ਨੂੰ ਵੀ ਦੇਖੋ ਔਰਤ ਕਿੱਥੇ ਆ, ਔਰਤ ਕਿਸ ਲਾਲਚ ਕੰਮ ਕਰਦੀ ਹੈ, ਉਹਦਾ ਸਰੀਰ ਹੈ, ਉਹਦਾ ਜਿਸਮ ਹੈ, ਉਹਦਾ ਆਪਣਾ ਉਹਦਾ ਕੰਮ ਹੈ ਆਪਣਾ ਰਵਿੰਦਰ ਜੀ ਪੰਜੋਲੀ ਸਾਹਿਬ, ਉਹਦਾ ਉਹਦਾ ਸਰੀਰ ਆਪਣਾ ਬਚਾ ਕੇ ਰੱਖੇ ਹੋ ਕਿ ਔਰਤ ਹੁਣ ਹਰੇਕ ਬੰਦੇ ਨੂੰ, ਹਰੇਕ ਬੰਦੇ ਨੂੰ ਕੋਈ ਸਿਆਸੀ ਬੰਦਾ ਜਾਵੇਗਾ, ਔਰਤ ਭੇਜੇਗਾ, ਉਹਦੇ ਨਾਲ ਸੀਡੀ ਬਣਾਵੇਗਾ ਅਤੇ ਲੋਕਾਂ ਸਾਹਮਣੇ ਪੇਸ਼ ਕਰ ਦੇਗਾ, ਉਹਦੀ ਜ਼ਿੰਦਗੀ ਖਤਮ, ਲਾਈਫ ਖਤਮ। ਪਹਿਲਾਂ ਉਹ ਔਰਤ ਉਹਦੇ ਨਾਲ ਰੰਗ ਰਲੇ ਮਨਾ ਰਹੀ ਆ, ਆਪਣੇ ਮਸਤੀ ਨਾਲ ਕਰ ਰਹੀ ਆ, ਆਪਣਾ ਕੰਮ ਕਰ ਰਹੀ ਆ, ਉਹਦੀ ਕੋਈ ਪਰਵਾਹ ਨਹੀਂ। ਔਰਤ ਐਡੀ ਕਿੱਡੀ ਕੁ ਮਤਲਬ ਕਿ ਵੀ ਗੱਲ ਹੋ ਗਈ ਬਾਈ ਜੀ, ਔਰਤ ਨੂੰ ਜਦੋਂ ਘਰ ਵਿੱਚ ਰਹਿੰਦੀ ਆ ਚਾਰ ਦੀਵਾਰੀ 'ਚ, ਉਹ ਔਰਤ ਦਾ ਸਿਸਟਮ ਹੋਰ ਆ, ਜਦੋਂ ਔਰਤ ਡਿਊਟੀ ਕਰਦੀ ਆ ਉਹ ਇੱਜ਼ਤਦਾਰ ਔਰਤ ਹੁੰਦੀ ਆ, ਨੌਕਰੀ ਕਰਕੇ 9 ਤੋਂ 5 ਆਪਣੇ ਘਰ ਆਉਂਦੀ ਆ, ਇੱਕ ਇੱਜ਼ਤ ਹੁੰਦੀ ਆ, ਇੱਕ ਔਰਤ ਤਰੱਕੀ ਲੈਣ ਵਾਸਤੇ ਆਪਣੇ ਜਿਸਮ ਨੂੰ ਵੇਚੇਗੀ? ਇਹ ਨਹੀਂ, ਇਹ ਨਹੀਂ ਦੇਖਣਾ ਕੋਈ ਸਮਾਜ ਨੇ, ਤਰੱਕੀ ਲੈਣ ਵਾਸਤੇ, ਪ੍ਰਿੰਸੀਪਲ ਬਣਨ ਵਾਸਤੇ ਉਹਦੀ ਕਾਬਲੀਅਤ ਕੀ ਆ ਔਰਤ ਦੀ, ਇਹ ਦੇਖਣਾ ਪਵੇਗਾ। ਤਰੱਕੀ ਲੈਣ ਵਾਸਤੇ ਉਹ ਆਪਣੇ ਆਪਣੇ ਵੱਡੇ ਨੌਕਰੀ ਲੱਗਣ ਵਾਸਤੇ ਕੰਮ ਕਰ ਰਹੀ, ਲੰਘਾ ਵਾਲੀ ਗੱਲ ਜੀ ਹੈ ਜੀ, ਗਵਾਇਆ ਵਾਲੀ ਗੱਲ ਆਪਣੀ ਚੱਲ ਰਹੀ ਆ। ਇਹ ਰਵਿੰਦਰ ਜੀ ਕਾਨੂੰਨ ਨੂੰ ਨਹੀਂ, ਸਿਆਸੀ ਲੋਕਾਂ ਨੂੰ ਸੋਚਣਾ ਹੋਵੇਗਾ। ਅੱਜ ਘੁਬਾਇਆ ਲੰਘਾ ਚੱਡਾ ਆਇਆ, ਕੱਲ ਨੂੰ ਗੁਰਨਾਮ ਕੀਤਾ ਵੀ ਉੱਥੇ ਹੋ ਸਕਦਾ, ਕੱਲ ਨੂੰ ਉੱਥੇ ਕੋਈ ਹੋਰ ਵੀ ਸੁਖਬੀਰ ਬਾਦਲ ਹੋ ਸਕਦਾ, ਕੱਲ ਨੂੰ ਉੱਥੇ ਚੰਦੂ ਬਜਰਾ ਹੋ ਸਕਦਾ, ਕੱਲ ਨੂੰ ਉੱਥੇ ਕੋਈ ਅਮਰਿੰਦਰ ਵੀ ਹੋ ਸਕਦਾ, ਕੱਲ ਨੂੰ ਕੋਈ ਹੋਰ ਬੰਦਾ ਹੋ ਸਕਦਾ ਉੱਥੇ। ਇਹ ਦੇਖਣਾ ਪਵੇਗਾ ਵੀ ਤੁਸੀਂ ਕਿੱਥੇ ਖੜੇ ਹੋ, ਔਰਤ ਕੌਣ ਹੈ, ਔਰਤ ਦੀ ਪੜਤਾਲ ਕਰਨੀ ਬਣਦੀ ਆ, ਕੀ ਔਰਤ ਨੇ ਕਿਵੇਂ ਦੋਸ਼ ਲਾਏ ਨੇ ਉਹ ਜੀ। ਪੰਜਾਲੀ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਧਰਮ ਦੇ ਵਿੱਚ ਔਰਤ ਦੇ ਚਰਿੱਤਰ ਬਾਰੇ ਕੀ ਲਿਖਿਆ ਗਿਆ? ਜਿਸ ਤਰ੍ਹਾਂ ਅਕੀਦਾ ਜੀ ਨੇ ਦੱਸਿਆ ਕਿ ਕਿਤੇ ਨਾ ਕਿਤੇ ਔਰਤ ਜੋ ਹੈ ਮਿਸਯੂਜ਼ ਵੀ ਕਰ ਸਕਦੀ ਹੈ, ਜਾਂ ਔਰਤ ਦਾ ਵੀ ਧਿਆਨ ਰੱਖਣਾ ਚਾਹੀਦਾ ਕਿਸੇ ਦੇ ਉੱਤੇ ਇਲਜ਼ਾਮ ਲਗਾਉਣ ਲਈ, ਧਰਮ ਇਸ ਵਿਸ਼ੇ 'ਤੇ ਕੀ ਕਹਿ ਰਿਹਾ? ਜੇ ਔਰਤ ਹੀ ਗਲਤ ਹੋਵੇ ਤਾਂ ਇਨਸਾਨ ਨੂੰ ਕੀ ਕਰਨਾ ਚਾਹੀਦਾ ਆ, ਜਾਂ ਧਰਮ ਉਹਦੇ ਬਾਰੇ ਕੀ ਨਜ਼ਰੀਆ ਰੱਖਦਾ ਸਿੱਖ ਧਰਮ ਖਾਸ ਕਰਕੇ? ਦੇਖੋ, ਗੁਰੂ ਜਿਹੜਾ ਦਸਮ ਗ੍ਰੰਥ ਹੈ, ਦਸਮ ਗ੍ਰੰਥ ਦੇ ਅੰਦਰ ਇੱਕ ਤ੍ਰਿਆ ਚਰਿੱਤਰ ਦਾ ਸਬਜੈਕਟ ਹੈ ਜੀ। ਉਹ ਸਬਜੈਕਟ ਜਿਹੜਾ ਹੈ ਉਹਦਾ ਮਕਸਦ ਇਹ ਹੈ ਕਿ ਦੁਨੀਆ ਦੇ ਰਾਜ ਕਿਵੇਂ ਤਬਾਹ ਕਰਨੇ ਨੇ, ਔਰਤ ਨੂੰ ਵੂਮੈਨ ਇੰਟੈਲੀਜੈਂਸੀ ਦੇ ਰੂਪ ਦੇ ਵਿੱਚ ਕਿਵੇਂ ਵਰਤਣਾ। ਮੈਂ ਇਹ ਸਮਝਦਾ ਜਿਨ੍ਹਾਂ ਗੱਲਾਂ ਦਾ ਜ਼ਿਕਰ ਅਕੀਦਾ ਸਾਹਿਬ ਨੇ ਕੀਤਾ, ਪਰ ਮੈਂ ਇਹ ਵੀ ਇੱਕ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿ ਜਿਹੜੇ ਬੰਦੇ ਵੱਡੀਆਂ ਸੰਸਥਾਵਾਂ 'ਤੇ ਬੈਠੇ ਨੇ
ਪਦਵੀਆਂ ਤੇ ਬੈਠੇ ਨੇ, ਵੱਡੇ ਆਗੂ ਨੇ, ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਨਾ ਚਾਹੀਦਾ ਕਿ ਸਾਨੂੰ ਤਬਾਹ ਕਰਨ ਲਈ ਜਾਂ ਸੰਸਥਾਵਾਂ ਨੂੰ ਤਬਾਹ ਕਰਨ ਲਈ ਜਾਂ ਮਤਲਬ ਸਾਡੇ ਰਾਹੀਂ ਕਿਸੇ ਸੰਸਥਾ ਨੂੰ ਤਬਾਹ ਕਰਨਾ ਤੇ ਬਹੁਤ ਕਿਸਮ ਦੀਆਂ ਸਾਜ਼ਿਸ਼ਾਂ ਬੁਣੀਆਂ ਜਾਂਦੀਆਂ ਨੇ ਤੇ ਦਸਵੇਂ ਗ੍ਰੰਥ ਦੇ ਵਿੱਚ ਤਿਰਿਆ ਚਰਿੱਤਰ ਜਿਹੜਾ ਉਹ ਸਾਰੇ ਦਾ ਸਾਰਾ ਵੂਮੈਨ ਇੰਟੈਲੀਜੈਂਸੀ ਹੈ ਅਤੇ ਉਸ ਤੋਂ ਅਸੀਂ ਕਿਵੇਂ ਬਚਣਾ ਇਹ ਸਾਡੇ 'ਤੇ ਡਿਪੈਂਡ ਕਰਦਾ। ਇਹਦਾ ਇਹ ਮਤਲਬ ਨਹੀਂ ਬਣਦਾ ਕਿ ਜੇ ਇੱਕ ਔਰਤ ਦਾ ਰੋਲ ਮਾੜਾ ਹੈ, ਉਹਦਾ ਕਿਰਦਾਰ ਮਾੜਾ ਹੈ, ਤਾਂ ਅਸੀਂ ਉਸ ਨਰਕ ਵਿੱਚ ਅਸੀਂ ਹੀ ਡਿੱਗਣਾ ਅਤੇ ਸਾਨੂੰ ਇਹਦੇ ਤੋਂ ਬਚਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਸੰਸਥਾ ਹੈ, ਭਾਵੇਂ ਮੈਂ ਮੰਨਦਾ ਕਿ ਲੰਗਾਹ ਨਾਲ ਉਸ ਔਰਤ ਦੀ ਅੰਡਰਸਟੈਂਡਿੰਗ ਹੋ ਸਕਦੀ ਹੈ, ਗਵਾਏ ਨਾਲ ਹੋ ਸਕਦੀ ਹੈ, ਚਾਹੇ ਮਤਲਬ ਜਿਹੜਾ ਚੀਫ ਖਾਲਸਾ ਦੀਵਾਨ ਦਾ ਚੱਡਾ ਸਾਹਿਬ ਨਾਲ ਹੋ ਸਕਦੀ ਹੈ, ਪਰ ਇਹਨਾਂ ਵਿਅਕਤੀਆਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਇਹ ਬੰਦੇ ਬਹੁਤ ਵੱਡੀਆਂ ਪਦਵੀਆਂ ਤੇ ਬੈਠੇ ਨੇ, ਪਵਿੱਤਰ ਸੰਸਥਾਵਾਂ ਨੇ, ਇਹਨਾਂ ਉੱਤੇ ਜਦੋਂ ਇਸ ਕਿਸਮ ਦੇ ਆਗੂ ਲੋਕ ਬੈਠਣਗੇ ਉਹਨਾਂ ਦੇ ਚੰਗੇ ਮਾੜੇ ਦਾ ਪ੍ਰਭਾਵ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ 'ਤੇ ਪਏਗਾ। ਇਸ ਕਰਕੇ ਇਹਨਾਂ ਨੂੰ ਆਪਣੇ ਦਾਮਨ ਨੂੰ ਬਚਾ ਕੇ ਬਹੁਤ ਜ਼ਰੂਰੀ ਹੈ, ਬਚਾ ਕੇ ਰੱਖਣ ਦਾ ਯਤਨ ਕਰਨਾ ਚਾਹੀਦਾ। ਨੰਬਰ 2 'ਤੇ ਦੇਖੋ ਸਾਡੀ ਗੁਰਬਾਣੀ ਅਤੇ ਸਾਡਾ ਇਤਿਹਾਸ ਇਹ ਸਾਡੇ ਆਚਰਣ ਨੂੰ ਉੱਚਾ ਬਣਾਉਂਦਾ। ਅੱਜ ਜਿਸ ਕਿਸਮ ਦੇ ਹਾਲਾਤ ਪੰਜਾਬ ਦੇ ਹੋ ਗਏ, ਜਿਹੜਾ ਪੰਜਾਬ ਦਾ ਮਤਲਬ ਸੱਭਿਆਚਾਰ ਬਣਾ ਦਿੱਤਾ ਗਿਆ, ਮਤਲਬ ਲੱਚਰ ਸਾਹਿਤਕਾਰ ਨੂੰ, ਲੱਚਰ ਗੀਤਾਂ ਨੂੰ, ਉਹ ਸਾਡਾ ਸੱਭਿਆਚਾਰ ਨਹੀਂ ਸੀ, ਉਹ ਸਾਡੇ ਮਤਲਬ ਇਹ ਗਾਉਣ ਵਜਾਉਣ ਲੱਚਰਤਾ ਨੂੰ ਸਾਡੇ ਸੱਭਿਆਚਾਰ ਦਾ ਹਿੱਸਾ ਬਣਾ ਦਿੱਤਾ ਗਿਆ। ਮਨੁੱਖ ਦਾ ਕਿਰਦਾਰ ਸੀ ਜਿਹੜਾ, ਉਹਦਾ ਕਰੈਕਟਰ ਸੀ, ਉਹ ਬਹੁਤ ਲੂਜ਼ ਕਰ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਤੋਂ ਆਗੂ ਲੋਕ ਜਿਹੜੇ ਅਗਵਾਈ ਕਰਦੇ ਨੇ, ਭਾਵੇਂ ਉਹ ਵਿੱਦਿਅਕ ਖੇਤਰ 'ਚ ਕਰਦੇ ਨੇ, ਭਾਵੇਂ ਉਹ ਸਮਾਜਿਕ ਖੇਤਰ ਵਿੱਚ ਕਰਦੇ ਨੇ, ਰਾਜਨੀਤਿਕ ਖੇਤਰ ਵਿੱਚ ਕਰਦੇ ਨੇ, ਧਰਮ ਦੇ ਖੇਤਰ ਵਿੱਚ ਕਰਦੇ ਨੇ, ਉਹਨਾਂ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਕਹਿਣਾ ਕਿ ਜਿਹੜੇ ਵਿਅਕਤੀ ਲੀਡ ਕਰਦੇ ਨੇ, ਜਿਹੜੇ ਸਾਡੇ ਰੋਲ ਮਾਡਲ ਬਣਦੇ ਨੇ, ਚਾਹੇ ਉਹ ਰਾਜਨੀਤਿਕ ਨੇ ਚਾਹੇ ਉਹ ਧਾਰਮਿਕ ਨੇ, ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ। ਮੇਰਾ ਜਵਾਬ ਲੈ ਤੂੰ, ਮੈਂ ਕਦੋਂ ਕਿਹਾ ਤੁਹਾਨੂੰ ਲੀਡ ਕਰਨਾ? ਮੈਂ ਕਿਸੇ ਔਰਤ ਨੂੰ ਮਾੜਾ ਕਦੋਂ ਕਿਹਾ? ਮੈਂ ਤਾਂ ਕਿਹਾ ਵੀ ਨੌਕਰੀ ਕਰਨ ਵਾਲੀਆਂ ਔਰਤਾਂ ਬਹੁਤ ਕਮਾਲ ਇੱਜ਼ਤਦਾਰੀਆਂ ਘਰ ਦੀਆਂ ਔਰਤਾਂ ਨੇ। ਪੰਜੋਲੀ ਸਾਹਿਬ, ਉਸ ਟਾਈਮ ਤੁਹਾਡੇ ਕਿੱਥੇ ਜਾਂਦੇ ਨੇ ਕਾਨੂੰਨ ਜਦੋਂ ਪਿੰਡਾਂ ਦੇ ਵਿੱਚ ਇੱਕ ਕੁੜੀ ਖੇਤਾਂ ਦੇ ਵਿੱਚ ਲੁੱਟੀ ਜਾਂਦੀ ਹੈ, ਜਦੋਂ ਖੇਤਾਂ ਵਿੱਚੋਂ ਮੁੰਡੇ ਜ਼ਿਮੀਦਾਰਾਂ ਦੇ ਉਹਦੇ ਨਾਲ ਕੋਈ ਕਰਮ ਕਰਦੇ ਆ, ਦੋ ਭਰੀਆਂ ਦੇ ਕੇ, ਉਸ ਟਾਈਮ ਕਾਨੂੰਨ ਕਿੱਥੇ ਜਾਂਦਾ? ਜੇ ਔਰਤ ਜਾਂਦੀ ਹੈ ਥਾਣੇ ਵਿੱਚ, ਉਹਨੂੰ ਪੁੱਛਦਾ ਨਹੀਂ ਕੋਈ, ਤੁਹਾਡੀ ਸਰਕਾਰ ਦੇ ਵਿੱਚ ਵੀ ਇਸਤਰੀ ਹੋਇਆ, ਕਾਂਗਰਸ ਵਿੱਚ ਵੀ ਇਸਤਰੀ ਹੋਇਆ, ਉਹਨੂੰ ਕੋਈ ਗੱਲ ਨਹੀਂ ਕਰਦਾ ਉਹਦੇ ਨਾਲ, ਉਹ ਗਰੀਬ ਕੁੜੀ ਕੀ ਕਰੇ? ਉਹ ਗਰੀਬ ਕੁੜੀ ਦਾ ਵੀ ਤਾਂ ਹੱਕ ਹੈਗਾ ਇੱਕ, ਉਹ ਅਮੀਰ ਹੈ, ਅਮੀਰ ਵੱਡੀ ਹੈ, ਉਹਨੇ ਦੋਸ਼ ਲਾਇਆ ਵੱਡੇ ਬੰਦੇ 'ਤੇ, ਸਿਆਸਤ ਦੇ ਪਿੱਛੇ ਕੀ ਕਾਰਨ ਹੈਗਾ, ਤਾਂ ਉਹ ਤਾਂ ਪੜਤਾਲ ਦੀ ਮੰਗ ਕਰਦਾ। ਪਰ ਇੱਕ ਗਰੀਬ ਦੀ ਧੀ ਜਦੋਂ ਜਾਂਦੀ ਹੈ, ਮੇਰੀ ਪੱਤ ਲੁੱਟੀ ਗਈ ਆ, ਮੈਨੂੰ ਉਹਦੇ ਫਲਾਣੇ ਜ਼ਿਮੀਦਾਰਾਂ ਦੇ ਮੁੰਡੇ ਨੇ ਮੈਨੂੰ ਆਪਣਾ ਨੋਚਿਆ, ਉਸ ਟਾਈਮ ਕਦੂਰੀ ਕਿੱਥੇ ਜਾਂਦਾ? ਜੀ, ਇਹ ਚਰਚਾ ਇੱਦਾਂ ਹੀ ਜਾਰੀ ਰੱਖਾਂਗੇ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਔਰ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਗੁਰਨਾਮ ਸਿੰਘ ਅਗੀਦਾ, ਸੀਨੀਅਰ ਜਰਨਲਿਸਟ ਨੇ ਜੋ ਪੰਜਾਬ ਦੇ, ਔਰ ਕਰਨੈਲ ਸਿੰਘ ਪੰਜੌਲੀ, ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ। ਇਹਨਾਂ ਨਾਲ ਅਸੀਂ ਚਰਚਾ ਕਰ ਰਹੇ ਹਾਂ ਚੀਫ ਖਾਲਸਾ ਦੀਵਾਨ ਦੀ ਹੋਈ ਬਦਨਾਮੀ ਬਾਰੇ। ਇੱਕ ਵਿਅਕਤੀ ਕਰਕੇ ਪੂਰੀ ਬਾਡੀ ਬਦਨਾਮ ਹੋ ਚੁੱਕੀ ਹੈ, ਪੂਰੀ ਸੰਸਥਾ ਬਦਨਾਮ ਹੋ ਚੁੱਕੀ ਹੈ, ਜਿਨ੍ਹਾਂ ਦੇ ਕਿ 50 ਦੇ ਕਰੀਬ ਵਿੱਦਿਅਕ ਸੰਸਥਾਵਾਂ ਨੇ ਜੋ ਅੱਗੇ ਸਟੂਡੈਂਟਸ ਨੂੰ ਵਿੱਦਿਆ ਦਿੰਦੇ ਨੇ, ਖਾਸ ਕਰ ਸਿੱਖਾਂ ਦੇ ਵਿੱਚ ਬਹੁਤ ਚਰਚਾ ਹੈ ਇਸ ਗੱਲ ਦੀ। ਅਕੀਦਾ ਜੀ, ਤੁਸੀਂ ਕਿਹਾ ਕਿ ਆਮ ਕੁੜੀ ਦੀ ਸੁਣਵਾਈ ਨਹੀਂ ਹੈ। ਪੰਜੌਲੀ ਸਾਹਿਬ, ਧਰਮ ਦੇ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ, ਸਿੱਖ ਧਰਮ ਦੇ ਵਿੱਚ ਔਰਤਾਂ ਨੂੰ ਮਰਦਾਂ ਦੇ ਵੀ ਬਰਾਬਰ ਦਾ ਦਰਜਾ ਦਿੱਤਾ ਗਿਆ,
ਪਰ ਸਾਨੂੰ ਇੱਕ ਚੀਜ਼ ਦੱਸੋਗੇ, ਇੱਕ ਗਰੀਬ ਔਰਤ, ਇੱਕ ਅਮੀਰ ਔਰਤ, ਜਾਂ ਇੱਕ ਪਾਵਰਫੁਲ ਔਰਤ ਔਰ ਇੱਕ ਸ਼ਕਤੀਹੀਣ ਔਰਤ, ਇਹਨਾਂ ਦੇ ਬਾਰੇ ਧਰਮ ਸਾਡਾ ਕੀ ਕਹਿੰਦਾ ਆ? ਦੇਖੋ, ਗੱਲ ਅਸਲ ਵਿੱਚ ਹੈ ਵੀ ਜਿਹੜਾ ਧਰਮ ਹੈ, ਧਰਮ ਤਾਂ ਔਰਤ ਦਾ ਸਤਿਕਾਰ ਸਨਮਾਨ ਕਰਨ ਦੀ ਮਤਲਬ ਪ੍ਰੇਰਨਾ ਦਿੰਦਾ ਹਰ ਔਰਤ ਦਾ, ਹਰ ਔਰਤ ਦਾ। ਇਹ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਧੀ ਕਿਸੇ ਗਰੀਬ ਦੀ ਹੋਵੇ, ਅਮੀਰ ਦੀ ਹੋਵੇ, ਕਿ ਉਹਦਾ ਕੋਈ ਬੰਦਾ ਸ਼ੋਸ਼ਣ ਕਰਨ ਦਾ ਯਤਨ ਕਰੇ। ਧਾਰਮਿਕ ਆਗੂਆਂ ਨੂੰ ਵੀ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ, ਸਮਾਜ ਨੂੰ ਵੀ ਲੈਣਾ ਚਾਹੀਦਾ ਹੈ, ਅਤੇ ਸਰਕਾਰਾਂ ਨੂੰ ਵੀ ਇਹਨਾਂ ਗੱਲਾਂ ਦਾ ਨੋਟਿਸ ਲੈਣ ਦਾ ਯਤਨ ਕਰਨਾ ਚਾਹੀਦਾ। ਪਰ ਮੈਂ ਇਹ ਸਮਝਦਾ ਵੀ ਇਹ ਜਿਹੜੀ ਗਿਰਾਵਟ ਹੈ, ਇਹ ਗਿਰਾਵਟ ਨੂੰ ਸਮਝਣ ਦਾ ਯਤਨ ਕਰਦਾ ਵੀ ਕਿਉਂ ਆ ਰਹੀ ਹੈ। ਦੇਖੋ, ਵੱਡੀ ਗੱਲ ਕਿ ਆ, ਤੁਸੀਂ ਪਿਛਲੇ ਸਮੇਂ ਦੇ ਵਿੱਚ ਪੜ੍ਹਿਆ ਹੋਣਾ ਕਿ ਜਿਹੜਾ ਤਖ਼ਤ ਕੇਸਗੜ੍ਹ, ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਆ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਉਹਨਾਂ ਨੇ 3 ਸ਼ਾਦੀਆਂ ਕਰਾਈਆਂ ਹੋਈਆਂ ਨੇ। ਅਤੇ ਜਦੋਂ ਕੋਈ ਆਗੂ ਸੱਜਣ ਧਰਮ ਦੀ ਅਗਵਾਈ ਕਰਨ ਵਾਲੇ 3-3 ਵਿਆਹ ਕਰਵਾਉਣ ਗਏ, ਅਤੇ ਹੁਣ ਜਿਹੜਾ ਮਤਲਬ ਚਰਨਜੀਤ ਸਿੰਘ ਚੱਢੇ ਦੀ ਥਾਂ 'ਤੇ ਦੂਸਰਾ ਬੰਦਾ ਪ੍ਰਧਾਨ ਬਣਾਇਆ, ਮੇਰੀ ਜਾਣਕਾਰੀ ਅਨੁਸਾਰ ਉਸਦੀ ਵੀ ਦੂਸਰੀ ਸ਼ਾਦੀ ਹੈ। ਅਤੇ ਜਦੋਂ ਬੰਦੇ 2-2 ਵਿਆਹ ਕਰਵਾ ਕੇ ਇਸ ਕਿਸਮ ਦਾ ਔਰਤ ਦਾ ਸ਼ੋਸ਼ਣ ਕਰਨ ਦਾ ਯਤਨ ਕਰਨਗੇ, ਆਉਣ ਵਾਲੀ ਪੀੜ੍ਹੀ ਦੇ ਉੱਤੇ ਉਹਦਾ ਅਸਰ ਕੀ ਪਏਗਾ? ਮੈਨੂੰ ਤੁਸੀਂ ਸਮਝਾਓ ਜੀ। ਗੱਲ ਕਿਦਾ ਜੀ ਇਹ ਹੈ, ਗੱਲ ਮਤਲਬ ਸੰਸਥਾਵਾਂ ਦੇ ਉੱਤੇ ਜਿਹੜੇ ਆਗੂ ਲੋਕ ਬੈਠੇ ਨੇ, ਉਹਨਾਂ ਨੇ ਅਗਵਾਈ ਕਰਨੀ ਹੈ, ਉਹ ਰੋਲ ਮਾਡਲ ਨੇ ਸਾਡੇ, ਉਹਨਾਂ ਤੋਂ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੇ ਸਿੱਖਣਾ ਹੁੰਦਾ। ਉਹਨਾਂ ਦਾ ਜਿੰਨਾ ਕਿਰਦਾਰ ਉੱਚਾ ਹੋਏਗਾ, ਜਿੰਨਾ ਕਰੈਕਟਰ ਉੱਚਾ ਹੋਏਗਾ, ਸਾਫ਼ ਸੁਥਰਾ ਹੋਏਗਾ, ਉਹਨਾਂ ਤੋਂ ਆਉਣ ਮਤਲਬ ਬੱਚੇ ਜਿਹੜੇ ਭਾਏ ਵੀ ਖਾਣਗੇ ਅਤੇ ਪ੍ਰੇਰਨਾ ਲੈਣ ਦਾ ਵੀ ਯਤਨ ਕਰਨ। ਜੀ 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 ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਦਾਦਾ ਸ਼੍ਰੀ ਭੁਪਿੰਦਰ ਸਿੰਘ ਜੀ ਭੁੱਪਾ ਸਾਹਿਬ 365 ਨਾਰਿਆਂ ਦਾ ਲੱਗਿਆ, ਉਹਦੇ ਵਿੱਚ ਦੋਸ਼, ਮੇਰੀ ਜਿਹੜੀ ਕਿਤਾਬਾਂ ਪੜ੍ਹੀਆਂ ਨੇ ਉਹਦੇ ਵਿੱਚ 10 ਪਟਰਾਣੀਆਂ ਸੀਗੀਆਂ, 50 ਰਾਣੀਆਂ ਸੀਗੀਆਂ, ਬਾਕੀ ਰਖੇਲਾਂ ਸੀਗੀਆਂ ਉਹਨਾਂ ਦੀਆਂ, ਜੋ ਲਿਖਤੀ ਪਰੂਫ ਮਿਲਦੇ ਆ ਉੱਥੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੇਸ਼ ਹੁੰਦੇ ਸੀ। ਲੈ ਕੇ ਵੱਡੇ ਵੱਡੇ ਸਰਦਾਰ, ਮੇਰੀ ਕੁੜੀ ਲੈ ਲਓ, ਕੌਰ ਸਾਹਿਬ ਦੇ ਕਿਹੜੇ ਕਿਹੜੇ ਪਦਵੀ ਲੈਣ ਵਾਸਤੇ, ਉਹ ਕਿਉਂਕਿ ਲਾਲਚ ਸੀ, ਆਪਣਾ ਲਾਲਚ ਪਿੱਛੇ ਅਸੀਂ ਔਰਤ ਨੂੰ ਪੇਸ਼ ਕਰ ਰਹੇ ਹਾਂ, ਆਪਣੇ ਆਪਣੀਆਂ ਧੀਆਂ ਨੂੰ ਪੇਸ਼ ਕਰਦੇ ਸੀ ਜਾ ਕੇ ਉੱਥੇ ਮਹਾਰਾਜੇ ਕੋਲ, ਕਿਉਂਕਿ ਸਾਡੇ ਲਾਲਚ ਸੀਗੇ, ਸਾਨੂੰ ਮੁਰੱਬਿਆਂ ਦੀ ਲੋੜ ਸੀਗੀ, ਸਾਨੂੰ ਵੱਡੇ ਵੱਡੇ ਜ਼ਿਮੀਂਦਾਰਾਂ ਦੀ ਲੋੜ ਸੀਗੀ। ਉਹ ਕਾਰਨ ਅਸੀਂ ਭੁਪਿੰਦਰ ਸਿੰਘ ਨੇ ਸਾਬਤ ਕੀਤਾ ਵੀ ਹਾਂ, ਮਤਲਬ ਨਾਲ ਬੰਦਾ ਆਪਣੀ ਧੀ ਨੂੰ ਵੀ ਪੇਸ਼ ਕਰ ਸਕਦਾ। ਕੀ ਮਤਲਬ ਨਾਲ ਕੋਈ ਸਿਆਸੀ ਬੰਦਾ ਪੰਜੋਲੀ ਸਾਹਿਬ ਕਿਸੇ ਕੋਲ ਕਿਸੇ ਨੂੰ ਜ਼ਿਲ੍ਹੇ ਨਹੀਂ ਕਰ ਸਕਦਾ? ਕੀ ਜਿਵੇਂ ਹੁਣ ਖਾਲਸਾ ਦੀਵਾਨ ਦਾ ਕੰਮ ਹੋਇਆ, ਲੰਗਾਹ ਸਾਹਿਬ ਦਾ ਹੋਇਆ, ਕਿੱਦਾਂ ਸਾਹਿਬ? ਮੇਰੀ ਇੱਕ ਬੇਨਤੀ ਇਹ ਹੈ ਵੀ ਜਿਹੜੀ ਸਿੱਖ ਹਿਸਟਰੀ ਆ, ਜਦੋਂ ਤੁਸੀਂ ਉਹਨੂੰ ਪੜ੍ਹਨ ਦਾ ਯਤਨ ਕਰਦੇ ਹੋ, ਇਸ ਮੁਲਕ ਦੇ ਅੰਦਰ ਮੁਗਲਾਂ ਨੇ ਮਤਲਬ 20,000 ਇਸ ਹਿੰਦੁਸਤਾਨ ਦੀਆਂ ਬੱਚੀਆਂ ਜਿਹੜੀਆਂ ਸੀ, ਉਹਨਾਂ ਨੂੰ ਬੰਦੀ ਬਣਾ ਕੇ ਕਾਬਲ ਕੰਧਾਰ ਦੀ ਧਰਤੀ 'ਤੇ ਟਕੇ ਟਕੇ ਨੂੰ ਵੇਚਦੇ ਰਹੇ ਨੇ। ਜਦੋਂ ਖਾਲਸਾ ਉੱਠਿਆ, ਖਾਲਸੇ ਨੇ ਉਹਨਾਂ ਦਾ ਰਾਹ ਰੁਕਿਆ ਔਰ ਉਹ ਬੱਚੀਆਂ ਨੂੰ ਮਤਲਬ ਛਡਾ ਕੇ ਉਹਨਾਂ ਦੇ ਟਕਾ ਉਹਨਾਂ ਦੇ ਹੱਥ 'ਤੇ ਰੱਖ ਕੇ ਆਪਣੀ ਧੀ ਬਣਾ ਕੇ ਉਹਨਾਂ ਨੂੰ ਘਰਾਂ ਤੱਕ ਮਤਲਬ ਛੱਡ ਕੇ ਆਉਂਦੇ ਰਹੇ ਨੇ। ਮਤਲਬ ਜੇ ਮਹਾਰਾਜਾ ਭੁਪਿੰਦਰ ਸਿੰਘ ਨੇ ਜਾਂ ਸੁੱਚਾ ਸਿੰਘ ਲੰਗਾਹ ਨੇ ਜਾਂ ਗਭਾਏ ਨੇ ਜੇ ਚਰਨਜੀਤ ਚੱਢੇ ਨੇ ਜੇ ਇਹਨਾਂ ਲੇਕਾਂ ਨੇ ਖੇਹ ਖਾਧੀ ਹੈ, ਇਹਨਾਂ ਨੇ ਕੁਕਰਮ ਕੀਤਾ, ਇਹ ਕਿਤੇ ਨਾ ਕਿਤੇ ਆਪਣੇ ਕਿਰਦਾਰ ਤੋਂ, ਕਰੈਕਟਰ ਤੋਂ ਡਿੱਗ ਗਏ,
ਤਾਂ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਅਸੀਂ ਮਤਲਬ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਦਾ ਰਸਤਾ ਅਖਤਿਆਰ ਕਰੀ, ਇਹਨਾਂ ਨੂੰ ਆਪਣਾ ਰੋਲ ਮਾਡਲ ਹੀ ਮੰਨਣਾ ਚਾਹੀਦਾ। ਸਾਨੂੰ ਜੱਸਾ ਸਿੰਘ ਆਹਲੂਵਾਲੀ ਆ ਸਾਡਾ, ਸਾਡੇ ਕੌਮੀ ਜਰਨੈਲ ਨੇ, ਉਹੋ ਜਿਹੇ ਜਰਨੈਲਾਂ ਦੇ ਕਰਦਾਰ ਤੋਂ ਸਾਨੂੰ ਮਤਲਬ ਸਿੱਖਣ ਦਾ ਯਤਨ ਕਰ। ਸਾਹਮਣੇ ਆ ਗਿਆ ਸੀਡੀ ਸਾਹਮਣੇ, ਤਾਂ ਕਰਕੇ ਮਾੜੇ ਲੱਗੇ ਨਾ, ਤਾਂ ਕੋਈ ਕਰਮ ਕਰਨ ਲੱਗੇ ਆਪਾਂ ਉਹਨਾਂ ਦਾ। ਪਰ ਗੋਆ ਵਿੱਚ ਕੀ ਹੋਇਆ ਸੀਗਾ ਜੀ ਤੁਹਾਡਾ, ਅਕਾਲੀਆਂ ਨੇ ਕੀ ਕੀਤਾ ਸੀਗਾ ਉੱਥੇ ਹੋਟਲਾਂ ਵਿੱਚ, ਕਿਉਂਕਿ ਸੀਡੀ ਸਾਹਮਣੇ ਨਹੀਂ ਆਈ, ਸੀਡੀ ਸਾਹਮਣੇ ਨਹੀਂ ਆਈ। ਸੀਡੀ ਸਾਹਮਣੇ ਆਵੇਗੀ ਤਾਂ ਉਹ ਵੀ ਫਿਰ ਕੋਈ ਕਰਮ ਕਰਨਗੇ। ਜਿਹਦੀ ਸਾਹਮਣੇ ਆ ਗਈ ਉਹ ਕੋਈ ਕਰਮ ਬਣ ਗਿਆ, ਜਿਹੜਾ ਪਿੱਛੇ ਪੜਦੇ ਪਿੱਛੇ ਬਹਿ ਕੇ ਕੀ ਕੁਝ ਕਰਿਆ ਜਾਂਦਾ ਕੌਣ ਨਹੀਂ ਜਾਣਦਾ ਜੀ। ਇਹ ਸਿਆਸੀ ਲੋਕਾਂ ਦਾ ਕੰਮ ਪੜਦੇ ਪਿੱਛੇ ਕਰੇ ਕਿਤੇ ਕਰੇ, ਪਰ ਮੈਂ ਸਮਝਦਾ ਵੀ ਸਿੱਖ ਦਾ ਕਰੈਕਟਰ ਜਿਹੜਾ ਜੀ ਉਹ ਮਤਲਬ ਬਹੁਤ ਪਵਿੱਤਰ ਅਤੇ ਉੱਤਮ ਹੋਣਾ ਚਾਹੀਦਾ। ਮੈਂ ਤੁਹਾਨੂੰ ਮਾਸਟਰ ਤਾਰਾ ਸਿੰਘ ਦੀ ਹਿਸਟਰੀ ਦੀ ਇੱਕ ਗੱਲ ਸੁਣਾਉਣਾ। ਇੱਕ ਵਾਰੀ ਮਾਸਟਰ ਤਾਰਾ ਸਿੰਘ ਬੰਬੇ ਤੋਂ ਮਤਲਬ ਟ੍ਰੇਨ 'ਚ ਬੈਠੇ, ਉਹਨਾਂ ਦੇ ਨਾਲ ਇੱਕ ਔਰਤ ਬੈਠੀ ਸੀ ਅਤੇ ਉਹਨੇ ਉਦੋਂ ਟ੍ਰੇਨਾਂ ਹੌਲੀ ਵੀ ਚੱਲਦੀਆਂ ਸੀ ਔਰ ਬੜਾ ਲੰਮਾ ਸਫ਼ਰ ਉਹਨਾਂ ਨੇ ਬੰਬੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਤੈਅ ਕੀਤਾ। ਅਤੇ ਜਦੋਂ ਅੰਮ੍ਰਿਤਸਰ ਜਾ ਕੇ ਉਹ ਔਰਤ ਉਤਰੀ ਤਾਂ ਉਹਨੇ ਪ੍ਰੈਸ ਨੂੰ ਸਟੇਟਮੈਂਟ ਦਿੱਤੀ ਕਿ ਸਿੱਖਾਂ ਦੇ ਮਤਲਬ ਜਿਹੜੇ ਲੀਡਰ ਨੇ ਉਹ ਇਸ ਕਿਸਮ ਦੇ ਹੋਣੇ ਚਾਹੀਦੇ ਨੇ, ਮਾਸਟਰ ਤਾਰਾ ਸਿੰਘ ਵਰਗੇ। ਮੈਂ ਉਹਦੇ ਸਾਹਮਣੇ ਬੈਠੀ ਸੀ, ਉਹਨੇ ਪੂਰੇ ਸਫ਼ਰ ਦੇ ਵਿੱਚ ਮੇਰੇ ਵੱਲ ਅੱਖ ਚੱਕ ਕੇ ਨਹੀਂ ਵੇਖਣ ਦਾ ਯਤਨ। ਬਹੁਤ ਵੱਡੀ ਉਦਾਹਰਨ ਹੈ ਜੀ, ਬਹੁਤ ਵੱਡੀ ਉਦਾਹਰਨ ਹੈ। ਅਕੀਦਾ ਜੀ, ਮੈਨੂੰ ਲੱਗਦਾ ਹੈ ਕਿ ਬਹਿਸ ਇਸ ਪਾਸੇ ਚਲੀ ਗਈ ਹੈ ਕਿ ਇੱਕ ਪਾਸੇ ਜਿਹੜੇ ਧਾਰਮਿਕ ਲੀਡਰ ਨੇ ਜਾਂ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਨੂੰ ਕੋਈ ਰੋਲ ਮਾਡਲ ਮੰਨਿਆ ਜਾਂਦਾ, ਜਿਨ੍ਹਾਂ ਨੂੰ ਲੋਕ ਵੋਟਾਂ ਵੀ ਦਿੰਦੇ ਆ ਔਰ ਜਿਨ੍ਹਾਂ ਨੂੰ ਆਪਣਾ ਪ੍ਰਤੀਨਿਧ ਚੁਣਦੇ ਆ, ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਆਮ ਬੰਦੇ ਦੀ ਅਸੀਂ ਕੋਈ ਗੱਲ ਨਹੀਂ ਕਰ ਰਹੇ ਕਿ ਉਹਦਾ ਕਰੈਕਟਰ ਕਿੱਦਾਂ ਦਾ ਹੋਵੇ, ਆਮ ਬੰਦੇ ਨੇ ਕਿਉਂਕਿ ਉਹਨਾਂ ਨੂੰ ਫੋਲੋ ਕਰਨਾ ਹੈ। ਮੈਨੂੰ ਇਹ ਲੱਗ ਰਿਹਾ ਕਿ ਪੰਜੌਲੀ ਸਾਹਿਬ ਇਹ ਗੱਲਾਂ ਕਰ ਰਹੇ ਨੇ ਕਿ ਜਿਹੜੇ ਧਾਰਮਿਕ ਲੀਡਰ ਨੇ ਜਾਂ ਰਾਜਨੀਤਿਕ ਲੀਡਰ ਨੇ ਜਾਂ ਸਾਡੇ ਕੋਈ ਐਕਟਰਸ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜਿੱਦਾਂ ਪਿੱਛੇ ਸੈਂਸਰ ਬੋਰਡ ਨੇ ਕੁਝ ਸਾਲ ਬੰਦ ਰੱਖਿਆ ਕਿ ਫਿਲਮਾਂ ਦੇ ਵਿੱਚ ਸਿਗਰਟ ਪੀਂਦੇ ਨਹੀਂ ਦਿਖਾਉਣਾ, ਉਹ ਦੇਸ਼ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਸੀ, ਅਤੇ ਰੋਲ ਮਾਡਲਸ ਦੇ ਉੱਤੇ ਜ਼ਿਆਦਾ ਫਿਕਰਮੰਦ ਹੈ ਸਿਆਸੀ ਜਾਂ ਧਾਰਮਿਕ ਲੀਡਰ ਜੀ। ਅਕੀਦਾ ਜੀ, ਰਵਿੰਦਰ ਜੀ, ਤੁਹਾਡੀ ਡਿਬੇਟ ਮੇਰੇ ਕੋਲ ਸਾਹਮਣੇ ਪੰਜੋਲੀ ਵੀ ਹੁੰਦੇ, ਚੀਫ ਖਾਲਸਾ ਦੀਵਾਨ ਦੇ ਮੁਖੀ ਵੀ ਹੁੰਦੇ, ਉਹ ਵੀ ਬੰਦੇ ਇੱਥੇ ਬੈਠੇ ਹੁੰਦੇ, ਉਹਨਾਂ ਦਾ ਆਪਣਾ ਪੱਖ ਜਾਂਦਾ ਇੱਕ ਵੀ ਪਿੱਛੇ ਕੀ ਕਾਰਨ ਹੈਗੇ ਆ। ਉਹ ਡਿਬੇਟ ਹੋਰ ਤਰ੍ਹਾਂ ਦੀ ਬਣਨੀ ਸੀ, ਫਿਰ ਉਹ ਗੱਲ ਹੋਣੀ ਸੀ ਰੋਡ ਮਾਡਲ। ਮੇਰਾ ਜਿਹੜੀ ਡਿਬੇਟ ਪੰਜੋਲੀ ਸਾਹਿਬ ਨਾਲ ਆਪਾਂ ਜੀ ਗੱਲ ਕਰ ਰਹੇ ਹਾਂ, ਹੁਣ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਬਈ ਪੂਰਾ ਆਲ ਓਵਰ ਸਮੁੱਚੇ ਤੌਰ 'ਤੇ ਕੀ ਹੋ ਰਿਹਾ। ਰੋਲ ਮਾਡਲ ਤਾਂ ਇੱਕ ਹੋ ਹੀ ਗਿਆ, ਉਹ ਤਾਂ ਹੋ ਹੀ ਗਿਆ, ਪਰ ਤੁਸੀਂ ਸਮੁੱਚਾ ਵਿੱਚ ਕਿੱਥੇ ਖੜ੍ਹੇ ਹੋ? ਮੈਂ ਇਹ ਦੱਸਣਾ ਚਾਹੂੰਗਾ, ਅਸੀਂ 2 ਦਿਨਾਂ ਤੋਂ ਚੀਫ ਖਾਲਸਾ ਦੀਵਾਨ ਦੇ ਜਿੰਨੇ ਪ੍ਰਤੀਨਿਧ ਨੇ ਉਹਨਾਂ ਦੇ ਪਿੱਛੇ ਜ਼ਰੂਰ ਘੁੰਮਦੇ ਰਹੇ, ਉਹਨਾਂ ਨੂੰ ਫੋਨ ਕਰਦੇ ਰਹੇ ਹਾਂ। ਈਵਨ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਸਾਡੇ ਪ੍ਰਤੀਨਿਧੀ, ਔਰ ਉਹ ਐਨ ਮੌਕੇ 'ਤੇ ਆ ਕੇ ਅੱਜ ਸਵੇਰੇ ਜਿੱਦਾਂ ਅੱਜ ਅਸੀਂ ਡਿਬੇਟ ਅੱਜ ਸ਼ੂਟ ਕਰਨਾ ਆ, ਅਤੇ ਅੱਜ ਸਵੇਰੇ ਆ ਕੇ ਉਹ ਜਵਾਬ ਦੇ ਗਏ ਨੇ ਕਿ ਅਸੀਂ ਇਹੋ ਜਿਹੀ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਪਰ ਕਿਤੇ ਨਾ ਕਿਤੇ ਇੱਕ ਵਿਅਕਤੀ ਕਰਕੇ ਸੰਸਥਾ ਦਾ ਨਾਮ ਬਦਨਾਮ ਹੋਇਆ। ਪੰਜੌਲੀ ਸਾਹਿਬ ਇੱਕ ਵਿਅਕਤੀ ਗਲਤੀ ਕਰਦਾ ਆ ਔਰ ਉਹਦੇ ਕਰਕੇ ਸਾਰੀ ਸੰਸਥਾ ਬਦਨਾਮ ਮੰਨੀ ਜਾਵੇ? ਨਹੀਂ, ਮੈਂ ਇਹ ਤਾਂ ਨਹੀਂ, ਮੈਂ ਇਸ ਗੱਲ ਦੇ ਹੱਕ 'ਚ ਵੀ ਇੱਕ ਵਿਅਕਤੀ ਦੇ ਕਰਕੇ ਸਾਰੀ ਸੰਸਥਾ ਦੀ ਬਦਨਾਮੀ ਹੋਵੇ ਉਹਨੂੰ ਤੈਸ਼ ਨੈਸ਼ ਕਰ ਦਿਉ। ਜਿਹੜਾ ਵਿਅਕਤੀ ਮਾੜਾ ਹੈ ਉਹਨੂੰ ਸੰਸਥਾ 'ਚੋਂ ਬਾਹਰ ਕੱਢਣਾ ਚਾਹੀਦਾ, ਨਵੇਂ ਆ ਜਿਹੜੇ ਬੰਦੇ ਨੇ ਉਹਨਾਂ ਨੂੰ ਸੰਸਥਾ ਨੂੰ ਬਚਾਉਣ ਲਈ ਆਪਣਾ ਰੋਲ ਅਦਾ ਕਰਨਾ ਚਾਹੀਦਾ ਜੀ। ਇਹ ਤਾਂ ਗੱਲ ਸਪਸ਼ਟ ਕਰਤੀ ਪੰਜੋਲੀ ਸਾਹਿਬ ਨੇ, ਫਿਰ ਮੈਂ ਇਹ ਗੱਲ ਸਪਸ਼ਟ ਹੀ ਕਰਨਾ ਚਾਹੁੰਦਾ, ਕੋਈ ਵੀ ਸੰਸਥਾ ਮਾੜੀ ਨਹੀਂ ਹੁੰਦੀ, ਉਹਦੇ ਉੱਪਰ ਬੈਠੇ ਹੋਏ ਲੋਕ ਮਾੜੇ ਹੋ ਸਕਦੇ ਆ। ਲੋਕ ਬਦਲ ਗਏ, ਚੰਗੇ ਲੋਕ ਆ ਗਏ, ਸੰਸਥਾ ਚੰਗੀ ਹੋ ਜਾਂਦੀ ਆ। ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਮਾਤ ਹੈ, ਬਹੁਤ ਅੱਛੇ ਪਵਿੱਤਰ ਤਰੀਕੇ ਨਾਲ ਬਣਾਈ ਗਈ ਸੀ, ਉਹ ਪੰਥਕ ਧਿਰ ਸੀਗੀ, ਪਰ ਪਿਛਲੇ 10 ਸਾਲਾਂ 12 ਸਾਲਾਂ ਵਿੱਚ ਉਹਦੇ ਸਾਰੇ ਸਿਧਾਂਤ ਤਹਿਸ਼ ਨਹਿਸ਼ ਕਰਤੇ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਜਮਾਤ ਹੈ, ਬਹੁਤ ਵੱਡੀ ਚੀਜ਼ ਆ ਉਹ, ਬਹੁਤ ਉੱਚੇ ਸੁੱਚੇ ਸਿਧਾਂਤ ਨੇ ਉਹਦੇ, ਸਿਧਾਂਤ ਨੇ ਉਹਦੇ, ਪਰ ਪਿਛਲੇ 10-12 ਸਾਲਾਂ ਵਿੱਚ ਸਿਧਾਂਤ ਤਹਿਸ ਨਹਿਸ ਕਰਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਬਹੁਤ ਵੱਡੀ ਜਮਾਤ ਹੈ, ਬਹੁਤ ਬਹੁਤ ਵੱਡੀ, ਸਿਧਾਂਤ ਖਤਮ ਕਰ ਦਿੱਤੇ ਗਏ, ਹੁਕਮਨਾਮੇ ਜਾਰੀ ਕੀਤੇ ਆਪਣੇ ਮਤਲਬ ਵਾਸਤੇ। ਕੋਈ ਸੰਸਥਾ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਮਾੜੀ ਨਹੀਂ ਹੋ ਸਕਦੇ, ਸ਼੍ਰੋਮਣੀ ਕਮੇਟੀ ਮਾੜੀ ਨਹੀਂ ਹੋ ਸਕਦੀ, ਸ਼੍ਰੋਮਣੀ ਅਕਾਲੀ ਦਲ ਮਾੜਾ ਨਹੀਂ ਹੋ ਸਕਦਾ। ਸੰਸਥਾ 'ਤੇ ਮਾਲਕ ਕੌਣ ਹੈ, ਉਹ ਕਿਵੇਂ ਚਲਾ ਰਹੇ ਨੇ, ਉਹਨਾਂ ਦੀ ਕਾਬਲੀਅਤ ਕੀ ਆ, ਇਹ ਦੇਖਣਾ ਪਵੇਗਾ। ਉਹ ਬਦਲ ਕੇ ਅੱਗੇ ਚੰਗੇ ਬੰਦੇ ਆ ਗਏ ਤਾਂ ਠੀਕ ਹੋ ਜਾਣਗੇ। ਇਸੇ ਕਰਕੇ ਚਰਨਜੀਤ ਚੱਡਾ ਨੂੰ ਲਾਂਭੇ ਕੀਤਾ ਹੈ ਸ਼ਾਹ ਚੀਫ ਖਾਲਸਾ ਦੀਵਾਨ ਨੇ। ਪੰਜੋਲੀ ਸਾਹਿਬ ਤੁਸੀਂ ਕੀ ਕਹੋਗੇ ਜੀ, ਬੈਠੇ ਆਗੂ ਜਿਹੜੇ ਨੇ ਬਹੁਤ ਇਲਜ਼ਾਮ ਲੱਗ ਰਹੇ ਨੇ ਪਿਛਲੇ 10-15 ਸਾਲਾਂ ਤੋਂ ਬਹੁਤ ਜ਼ਿਆਦਾ, ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜੇ ਅਸੀਂ ਗੱਲ ਕਰਦੇ ਹਾਂ ਬਤੌਰ ਸੰਸਥਾ, ਅਤੇ ਬਹੁਤ ਇਲਜ਼ਾਮ ਲੱਗਦੇ ਰਹੇ ਨੇ, ਮੀਡੀਆ 'ਚ ਵੀ ਚਰਚਾ ਆਉਂਦੀ ਰਹੀ ਹੈ, ਔਰ ਅਕੀਦਾ ਜੀ ਵੀ ਇਹੀ ਇਲਜ਼ਾਮ ਲਾ ਰਹੇ ਨੇ। ਦੇਖੋ ਗੱਲ ਅਸਲ ਵਿੱਚ ਇਹ ਹੈ ਵੀ ਜਿਹੜੀ ਪੁਰਾਣੀ ਸਾਡੀ ਲੀਡਰਸ਼ਿਪ ਸੀ, ਜਿਹਨਾਂ ਵਿੱਚ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਜਥੇਦਾਰ ਮੋਹਨ ਸਿੰਘ ਤੋੜਾ, ਸੰਤ ਬਾਬਾ ਚੰਨਣ ਸਿੰਘ, ਸੰਤ ਫਤਿਹ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਸੰਤ ਜਰਨੈਲ ਸਿੰਘ ਜੀ ਖਾਲਸਾ ਟੰਡਰਾਂ ਵਾਲੇ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਸਨ ਇਹ ਅੰਮ੍ਰਿਤਧਾਰੀ ਸਨ, ਇਹ ਗੁਰਮਤ ਦੇ ਰੰਗ ਵਿੱਚ ਰੰਗੇ ਹੋਏ ਸਨ। ਇਹਨਾਂ ਨੇ ਆਪਣੀ ਜ਼ਿੰਦਗੀ 'ਚ ਜਦੋਂ ਜਹਿਦ ਕੀਤੀ ਸੀ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨ ਵਾਲੇ ਲੋਕ ਸਨ, ਕਿਰਤ ਕਰਨ ਵਾਲੇ ਲੋਕ ਸਨ, ਰਾਜਨੀਤੀ ਨੂੰ ਇਹਨਾਂ ਨੇ ਹਮੇਸ਼ਾ ਮਤਲਬ ਲੋਕਾਂ ਦੀ ਸੇਵਾ ਵਜੋਂ ਕਰਕੇ ਉਹਦੇ 'ਤੇ ਕੰਮ ਕਰਨ ਦਾ ਯਤਨ ਕੀਤਾ, ਰਾਜਨੀਤੀ ਨੂੰ ਕਦੇ ਵਪਾਰ ਸਮਝਣ ਦਾ ਯਤਨ ਨਹੀਂ ਕੀਤਾ। ਮੌਜੂਦਾ ਸਮੇਂ ਵਿੱਚ ਇਹ ਗਿਰਾਵਟ ਜ਼ਰੂਰ ਆਈ ਹੈ ਕਿ ਰਾਜਨੀਤੀ ਮੇਰਾ ਪੂਰਾ ਵਪਾਰ ਬਣ ਕੇ ਰਹਿ ਗਿਆ, ਰਾਜਨੀਤੀ 'ਚ ਪਰਿਵਾਰਵਾਦ ਬਹੁਤ ਹਾਵੀ ਹੋ ਗਿਆ, ਰਾਜਨੀਤੀ ਵਿੱਚ ਅਪਰਾਧੀਕਰਨ ਜਿਹੜਾ ਸੀ ਉਹਦੀ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਧ ਗਿਆ, ਔਰ ਸਿਧਾਂਤਕ ਤੌਰ 'ਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਉਹ ਜ਼ਰੂਰ ਥਿੜਕਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥਿੜਕੀ ਹੈ, ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਕਿਤੇ ਨਾ ਕਿਤੇ ਇਸ ਪਾਸੇ ਤੋਂ ਥਿੜਕੀ ਹੈ। ਉਹਨਾਂ ਦੇ ਆਗੂ ਸੱਜਣ ਜਿਹੜੇ ਨੇ, ਜ਼ਰੂਰਤ ਹੈ ਇਸ ਗੱਲ ਦੀ ਕਿ ਕੌਮ ਦੇ ਅੰਦਰ ਇਸ ਕਰਕੇ ਵੱਡੀ ਵੱਡੀ ਗਿਣਤੀ ਵਿੱਚ ਨਿਰਾਸ਼ਤਾ ਵੀ ਹੈ, ਅਤੇ ਇੱਕ ਗੁੱਸਾ ਵੀ ਹੈ, ਅਤੇ ਰੋਹ ਵੀ ਹੈ, ਅਤੇ ਮੈਂ ਸਮਝਦਾ ਇਹ ਮੁਲਕ ਸਾਰੀ ਜਿਹੜੀ ਲੀਡਰਸ਼ਿਪ ਆ ਉਹਨੂੰ ਸਹੀ ਤਰੀਕੇ ਨਾਲ ਗੁਰਮਤ ਦੀ ਰੋਸ਼ਨੀ ਵਿੱਚ ਇਹਨਾਂ ਸੰਸਥਾਵਾਂ ਨੂੰ ਚਲਾਉਣ ਦਾ ਉਪਰਾਲਾ ਕਰਨਾ ਚਾਹੀਦਾ। ਜੀ ਬਿਲਕੁਲ, ਇੱਕ ਗੱਲ ਤਾਂ ਪੰਜੋਲੀ ਸਾਹਿਬ ਨੇ ਸਾਫ਼ ਕੀਤੀ ਹੈ ਕਿ ਕਿਤੇ ਨਾ ਕਿਤੇ ਜ਼ਰੂਰ ਗਿਰਾਵਟ ਆਈ ਹੈ ਲੀਡਰਸ਼ਿਪ ਦੇ ਵਿੱਚ, ਔਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਔਰ ਅੱਜ ਅਸੀਂ ਚਰਚਾ ਕਰ ਰਹੇ ਹਾਂ ਚੀਫ ਖਾਲਸਾ ਦੀਵਾਨ ਦੇ ਉੱਤੇ, ਜੋ ਉਹਨਾਂ ਦੇ ਪ੍ਰਧਾਨ ਸੀਗੇ ਚਰਨਜੀਤ ਸਿੰਘ ਚੱਡਾ, ਜਿਨ੍ਹਾਂ ਨੂੰ ਹਜੇ ਇੱਕ ਦੋ ਦਿਨ ਪਹਿਲਾਂ ਹੀ ਉਤਾਰਿਆ ਗਿਆ ਉਹਨਾਂ ਦੀ ਸੀਟ ਤੋਂ, ਔਰ ਉਹਨਾਂ 'ਤੇ ਜੋ ਇਲਜ਼ਾਮ ਲੱਗੇ ਨੇ ਇੱਕ ਔਰਤ ਨੇ ਲਗਾਏ ਨੇ ਇਲਜ਼ਾਮ ਬਾਅਦ ਦੇ ਵਿੱਚ, ਪਰ ਪਹਿਲਾਂ ਸੀ ਡੀ ਸਾਹਮਣੇ ਆਉਂਦੀ ਹੈ ਅਕੀਦਾ ਸਾਹਿਬ, ਪਹਿਲਾਂ ਸੀ ਡੀ ਸਾਹਮਣੇ ਆਉਂਦੀ ਹੈ, ਜੂਨ ਦੀ ਉਹ ਵੀਡੀਓ ਹੈ ਜੋ ਬਣਾਈ ਗਈ ਹੈ ਜੋ ਵਾਇਰਲ ਕੀਤੀ ਗਈ, ਉਹਦੇ ਤੋਂ ਬਾਅਦ ਇੱਕ ਔਰਤ ਜੋ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਉਹ ਡੀ ਜੀ ਪੀ ਨੂੰ ਸ਼ਿਕਾਇਤ ਕਰਦੀ ਹੈ, ਅਤੇ ਉਹਦੇ ਬੇਸਿਸ ਦੇ ਉੱਤੇ ਹੋ ਸਕਦਾ ਚਰਨਜੀਤ ਹੋਣਾ 'ਤੇ ਅੱਜ ਕੱਲ੍ਹ ਦੇ ਵਿੱਚ ਕੋਈ ਨਾ ਕੋਈ ਪਰਚਾ ਦਰਜ ਹੋ ਜਾਵੇ, ਕਿਉਂਕਿ ਸਾਡਾ ਭਾਰਤ ਦਾ ਕਾਨੂੰਨ ਇਹੀ ਕੁਛ ਕਹਿੰਦਾ ਆ। ਅਤੇ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਕਿਤੇ ਨਾ ਕਿਤੇ ਔਰਤਾਂ ਥੋੜ੍ਹਾ ਬਹੁਤ ਉਹਨਾਂ ਨੂੰ ਇੱਕ ਫਾਇਦਾ ਮਿਲ ਜਾਂਦਾ ਕਾਨੂੰਨ ਦਾ, ਕੀ ਲੱਗਦਾ ਇਸ ਕੇਸ ਦੇ ਵਿੱਚ ਕਿ ਉਹ ਫਾਇਦਾ ਲੈਣਾ ਚਾਹ ਰਹੀ ਹੈ ਜੀ, ਜਾਂ ਆਪਣੇ ਆਪ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਕਰ ਰਹੀ ਹੈ? ਨਹੀਂ, ਇਹ ਤਾਂ ਖੈਰ ਮੈਂ ਔਰਤ 'ਤੇ ਉਹਦਾ ਇਲਜ਼ਾਮ ਨਹੀਂ ਲਾਊਂਗਾ, ਫਾਇਦਾ ਲੈਣਾ ਚਾਹੁੰਦੀ ਆ, ਉਹਦਾ ਆਪਣਾ ਰਾਈਟਸ ਹੈਗਾ, ਉਹਨੇ ਆਪਣੀ ਇੱਜ਼ਤ ਨੂੰ ਬਚਾਉਣਾ ਵੀ ਸੀਗਾ, ਉਹਨੇ ਪਹਿਲਾਂ ਗਲਤੀ ਕੀਤੀ ਆ, ਦੁਬਾਰਾ ਫਿਰ ਇਹ ਹੁਣ ਜਦੋਂ ਸੀ ਡੀ ਸਾਹਮਣੇ ਆ ਗਈ ਹੁਣ ਦੂਜੀ ਗਲਤੀ ਵੀ ਕਰ ਰਹੀ ਆ, ਚਲੋ ਇਹ ਗਲਤੀ ਕਰ ਰਹੀ ਆ ਕਿਵੇਂ ਕਰ ਰਹੀ ਆ ਉਹ ਤਾਂ ਉਹ ਜਾਣਦੀ ਆ, ਪਰ ਇੱਕ ਗੱਲ ਹੈਗੀ ਆ ਵੀ ਔਰਤ ਦੇ ਪੱਖ ਵਿੱਚ ਸਾਡਾ ਕਾਨੂੰਨ ਬਹੁਤ ਜ਼ਬਰਦਸਤ ਹੈਗਾ ਜੀ। ਮੈਂ ਅਤੇ
ਕਰਨੈਲ ਸਿੰਘ ਪੰਜੋਲੀ ਸਾਹਿਬ ਦੋਵੇਂ ਇੱਕ ਦਿਨ ਖੜ੍ਹੇ ਆ ਇੱਕ ਪਾਸੇ ਰੋਡ ਦੇ ਉੱਪਰ, ਤਾਂ ਇੱਕ ਔਰਤ ਆਉਂਦੀ ਆ ਅਤੇ ਕਹਿੰਦੀ ਆ ਮੈਂ ਮੈਨੂੰ ਝਾਤੀ ਮਾਰਦੀ ਆ ਵੀ ਇੱਧਰ ਮੜ੍ਹਦੇ ਆਇਓ ਜੇ ਤੁਸੀਂ, ਤਾਂ ਮੈਂ ਉੱਥੇ ਜਾਣਾ। ਇੱਕ ਮਿੰਟ ਮੈਂ ਗੱਲ ਕੀਤੀ ਉਹਦੇ ਨਾਲ ਅਤੇ ਨਾਲ ਦੀ ਨਾਲ ਉਹ ਕਹਿ ਦੇਵੇ ਵੀ ਮੈਨੂੰ ਇਹਨੇ ਛੇੜਿਆ, ਮੈਨੂੰ ਗਲਤ ਕੀਤਾ, ਤਾਂ ਕਾਨੂੰਨ ਔਰਤ ਦੇ ਪੱਖ 'ਚ ਖੜੇਗਾ, ਭਾਵੇਂ ਉਹਨੇ ਬੁਲਾਇਆ ਮੈਨੂੰ। ਇਹ ਕਾਨੂੰਨ ਕਹਿੰਦਾ ਭਾਰਤੀ ਕਾਨੂੰਨ ਔਰਤ ਦੇ ਪੱਖ ਵਿੱਚ ਹੈਗਾ। ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਵੀ ਉਹ ਬੀਬੀ ਦੀਆਂ ਕੀ ਮਜਬੂਰੀਆਂ ਹੋਣਗੀਆਂ। ਬੀਬੀ ਕਾਬਲ ਨਹੀਂ ਸੀ ਪ੍ਰਿੰਸੀਪਲ ਦੇ, ਇਹ ਸਪਸ਼ਟ ਹੋ ਚੁੱਕਿਆ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਉਹਨੂੰ ਮੁਖੀ ਲਾਇਆ, ਹੋਰ ਕਿੰਨੇ ਕੁ ਕੰਮ ਉੱਥੇ ਗਲਤ ਹੁੰਦੇ ਹੋਣਗੇ, ਇਹ ਤਾਂ ਅੱਗੇ ਪੜਤਾਲ ਦੀ ਮੰਗ ਕਰਦਾ। ਪਰ ਮੈਂ ਚੀਫ ਖਾਲਸਾ ਦੀਵਾਨ ਦੀ ਵੱਡੀ ਸੰਸਥਾ ਨੂੰ ਬਿਲਕੁਲ ਵੀ ਨਿੰਦਾ ਵਾਂ, ਉਹ ਬਹੁਤ ਵੱਡਾ ਕੰਮ ਕਰ ਰਹੀ ਆ ਉਹ, ਉਹਨੂੰ ਉਹਦੇ ਵਿੱਦਿਅਕ ਅਦਾਰੇ, ਉਹਦਾ ਐਜੂਕੇਸ਼ਨ ਜਿਹੜਾ ਕਿ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਖਤਮ ਹੋ ਚੁੱਕਿਆ ਜਿਹੜਾ ਸਾਡਾ ਸਿਸਟਮ ਹੈਗਾ ਵਿੱਦਿਆ ਦਾ। ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਲਿਤਾਂ ਦੇ ਬੱਚੇ ਪੜ੍ਹਦੇ ਆ, ਉੱਥੇ ਕੋਈ ਅਮੀਰ ਬੱਚਾ ਪੜ੍ਹਾ ਕੇ ਰਾਜ਼ੀ ਨਹੀਂ ਹੈਗਾ। ਚੀਫ ਖਾਲਸਾ ਦੀਵਾਨ ਵਰਗੇ ਜਿਹੜੇ ਕਿ ਅਦਾਰੇ ਹੈਗੇ ਨੇ ਉਹ ਪੜ੍ਹਾ ਰਹੇ ਨੇ ਬੱਚਿਆਂ ਨੂੰ, ਵੱਡੇ ਵੱਡੇ ਤਰੀਕੇ ਨਾਲ ਪੜ੍ਹਾਉਣ ਲੱਗੇ ਹੋਏ ਨੇ, ਮੈਂ ਸਲੂਟ ਕਰਦਾ ਉਹਨਾਂ ਨੂੰ, ਚੀਫ ਖਾਲਸਾ ਦੀਵਾਨ ਨੂੰ। ਅਤੇ ਜਿਹੜਾ ਚਰਨਜੀਤ ਸਿੰਘ ਚੱਡਾ ਹੈਗਾ ਉਹ ਕੀ ਪ੍ਰਸਥਿਤੀਆਂ ਹੋਣਗੀਆਂ ਉਹ ਚੱਡੇ ਨੂੰ ਪਤਾ, ਉਹ ਕਿਹੜੀਆਂ ਪ੍ਰਸਥਿਤੀਆਂ ਵਿੱਚ ਉਹ ਡੁੱਲਿਆ, ਇੱਕ ਔਰਤ ਦੇ ਡੁੱਲਿਆ, ਉਹ ਕਿਹੜੀਆਂ ਪ੍ਰਸਥਿਤੀਆਂ ਹੋਣਗੀਆਂ ਉਹ ਜਾਣਦਾ। ਪਰ ਇਹ ਪ੍ਰਸਥਿਤੀਆਂ ਇਹੋ ਜਿਹੀਆਂ ਵੀ ਹੋਣੀਆਂ ਚਾਹੀਦੀਆਂ ਕਿ ਚੱਡਾ ਇੰਨਾ ਡੁੱਲ ਜਾਵੇ, ਇਹ ਉਹਨੂੰ ਆਪਣਾ ਆਪ ਬਚਾ ਕੇ ਰੱਖਣਾ ਚਾਹੀਦਾ ਸੀ। ਪੰਜੋਲੀ ਸਾਹਿਬ ਇਸ ਗੱਲ 'ਤੇ ਸਹਿਮਤ ਨੇ ਅਤੇ ਮੈਂ ਵੀ ਇਸ ਗੱਲ 'ਤੇ ਸਹਿਮਤ ਹਾਂ ਕਿ ਹਰ ਇੱਕ ਬੰਦੇ ਨੂੰ ਆਪਣਾ ਆਪ ਬਚਾਉਣਾ ਚਾਹੀਦਾ, ਆਪਣਾ ਆਪ ਬਚਾਉਣਾ ਚਾਹੀਦਾ। ਮਰਦ ਜਿਹੜਾ ਹੈਗਾ ਉਹ ਇੰਨਾ ਵੀ ਨਾ ਡੁੱਲੇ, ਪਰ ਨਾਰੀ ਪਹਿਨੀ ਛੁਰੀ ਮੱਤ ਕੋ ਲਾਵੇ ਅੰਗ, ਰਾਵਣ ਕੇ ਦਸ ਸਿਰ ਗਏ ਪਰ ਨਾਰੀ ਕੇ ਸੰਗ। ਜੇ ਅਸੀਂ ਗੁਰੂ ਲੜ ਲੱਗੇ ਹੋਏ ਹਾਂ ਤਾਂ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਆ। ਰਾਵਣ ਕੇ ਦਾ ਸੋਚਿਆ ਸੀ ਉਹਨੇ, ਸੀਤਾ ਚੱਕ ਕੇ ਲੈ ਗਿਆ, ਸੋਚਿਆ ਸੀ ਮਾੜਾ ਕਰਮ ਕਰਨ ਵਾਸਤੇ, ਦਸ ਸਿਰ ਕਹਿੰਦੇ ਦਸ ਸਿਰਾਂ ਵਾਲਾ ਦਿਮਾਗ ਸੀ ਉਹਦਾ, ਉਹ ਵੀ ਚਲਾ ਗਿਆ ਇੱਥੋਂ। ਅਤੇ ਇਸ ਕਰਕੇ ਚੀਫ ਖਾਲਸਾ ਦੀਵਾਨ ਦਾ ਜਿਹੜਾ ਕਿ ਲਾਇਆ ਸੀਗਾ ਉਹਨਾਂ ਨੇ, ਉਹ ਜੇ ਇੰਨਾ ਲੋਅਰ ਲੈਵਲ ਦਾ ਬੰਦਾ ਸੀ ਉਹ, ਜੇ ਐਂ ਡੁੱਲ ਸਕਦਾ ਸੀਗਾ ਔਰਤਾਂ ਦੇ ਉੱਪਰ, ਤਾਂ ਉਹਨੂੰ ਲਾਉਣ ਵਾਲੇ ਹੀ ਗਲਤ ਨੇ। ਜਿਹੜੇ ਬੰਦੇ ਕੋਲ ਬਹਿੰਦੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਨਾਲ ਉਹਦਾ ਨੇੜਤਾ ਸੀਗੀ, ਪ੍ਰਕਾਸ਼ ਸਿੰਘ ਬਾਦਲ ਨੇ ਉਹਦਾ ਨੇੜਤਾ ਕਿਉਂ ਰੱਖੀ ਹੈ ਜੇ ਬੰਦੇ ਨਾਲ, ਤਾਂ ਉਹ ਵੀ ਸੋਚਣਾ ਪਵੇਗਾ। ਇਹੋ ਜਿਹੇ ਬੰਦੇ ਦਾ ਕਿਰਦਾਰ ਸਭ ਪਹਿਲਾਂ ਪਰਖ ਲੈਣਾ ਚਾਹੀਦਾ। ਜੇਕਰ ਪਹਿਲਾਂ ਪਰਖਿਆ ਨਹੀਂ ਕਿਰਦਾਰ ਲਾਉਣ ਵਾਲੇ ਬੰਦਿਆਂ ਨੇ ਉਹਨੂੰ, ਪ੍ਰਧਾਨ ਨੂੰ ਲਾਉਣ ਵਾਲਿਆਂ ਨੂੰ, ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਪਿੱਛੇ ਵੀ ਗਲਤੀ ਕੋਈ ਹੋ ਰਹੀ ਹੈ। ਪੰਜੋਲੀ ਸਾਹਿਬ, ਚੀਫ ਖਾਲਸਾ ਦੀਵਾਨ ਦੀ ਜੋ ਬਾਡੀ ਬਣੀ ਹੋਈ ਹੈ, ਇਹਦਾ ਸਾਨੂੰ ਥੋੜ੍ਹਾ ਡਿਟੇਲ 'ਚ ਦੱਸੋਗੇ ਜੀ, ਇਹਦਾ ਅਕਾਲੀ ਦਲ ਨਾਲ ਕੋਈ ਲੈਣ ਦੇਣ ਹੈ ਜਾਂ SGPC ਨਾਲ ਕੋਈ ਲੈਣ ਦੇਣ ਹੈ? ਨਹੀਂ, ਇਹਦਾ ਅਕਾਲੀ ਦਲ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਸੰਬੰਧ ਨਹੀਂ ਹੈਗਾ। ਬਾਦਲ ਸਾਹਿਬ ਨਾਲ ਨੇੜਤਾ ਜੀ? ਨਹੀਂ, ਨੇੜਤਾ ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੇ, ਚੀਫ ਖਾਲਸਾ ਦੀਵਾਨ ਜਿਹੜੀ ਹੈ ਬਹੁਤ ਵੱਡੀ ਸੰਸਥਾ ਹੈ, ਔਰ ਉਹ ਵੀ ਪੰਥ ਦੀ ਸੰਸਥਾ ਹੈ, ਅਤੇ ਬਾਦਲ ਸਾਹਿਬ ਵੀ ਮਤਲਬ ਅਕਾਲੀ ਦਲ ਦੇ ਆਗੂ ਨੇ। ਕੁਦਰਤੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਵੱਡੀਆਂ ਸੰਸਥਾਵਾਂ ਦੇ ਆਗੂਆਂ ਦੀਆਂ ਸਾਂਝ ਤਾਂ ਜਿਹੜੀ ਹੈ ਉਹ ਕੁਦਰਤੀ ਹੋ ਜਾਂਦੀ ਹੈ। ਪਰ ਮੈਂ ਇੱਕ ਗੱਲ ਇਹ ਸਮਝਦਾ ਕਿ ਸਾਰੇ ਮਸਲੇ ਦੇ ਵਿੱਚ ਜਿਹੜੇ ਸਾਡੀ ਐਜੂਕੇਸ਼ਨ ਹੈ, ਉਸ ਐਜੂਕੇਸ਼ਨ ਦੇ ਵਿੱਚ ਸਾਨੂੰ ਸਾਡੇ ਬੱਚਿਆਂ ਦਾ ਜਿਹੜਾ ਆਚਰਣ ਹੈ, ਜਿਹੜਾ ਕਰੈਕਟਰ ਹੈ, ਉਹਨੂੰ ਬਿਲਡ ਕਰਨ ਲਈ ਮਤਲਬ ਸਾਨੂੰ ਸਾਡੇ ਗੁਰੂਆਂ ਦਾ ਸਿਧਾਂਤ ਜਿਹੜਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਪੜ੍ਹਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਕਿ ਸਾਡੇ ਬੱਚੇ ਮਤਲਬ ਸਾਡੇ ਸਾਹਮਣੇ ਜੋ ਕੁਝ ਵੀ ਵਾਪਰ ਰਿਹਾ, ਜੋ ਵਰਤਾਰਾ ਹੋ ਰਿਹਾ, ਉਹਦਾ ਕਿਵੇਂ ਅਸੀਂ ਫੇਸ ਕਰਨਾ, ਉਹਦੇ ਹਾਣ ਦੇ ਸਾਨੂੰ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ। ਤੀਜੀ ਗੱਲ, ਜਿਹੜਾ ਮਤਲਬ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜੋ ਉਹਦੇ ਵਿੱਚ ਲੱਚਰਤਾ ਕਿਤੇ ਕਿਤੇ ਸਾਨੂੰ ਵਿਖ ਰਹੀ ਹੈ, ਉਹਦੇ ਤੋਂ ਵੀ ਸਾਨੂੰ ਗੁਰੇਜ਼ ਕਰਨ ਦਾ ਯਤਨ ਕਰਨਾ ਚਾਹੀਦਾ, ਔਰ ਸਾਡੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਜਿਹੜਾ ਇੰਟਰਨੈੱਟ ਹੈ ਉਹ ਇੰਟਰਨੈੱਟ ਦਾ ਮਤਲਬ ਹੋ ਰਿਹਾ ਸੀ, ਅਰਥ ਉਹਦੇ ਹੋਰ ਕੱਢੀ ਜਾ ਰਹੇ ਹਾਂ, ਸਾਨੂੰ ਮਤਲਬ ਸਾਡੀ ਸੁਵਿਧਾ ਲਈ ਹੈ ਇੰਟਰਨੈੱਟ,
ਤੇ ਉਹ ਸੁਵਿਧਾ ਜਿਹੜੀ ਅਸੀਂ ਕਿੱਥੇ ਵਰਤਣੀ ਆ, ਕਿੱਥੋਂ ਲੈਣੀ ਆ, ਉਹ ਉਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ, ਨਾ ਕਿ ਗਲਤ ਪਾਸੇ ਨੂੰ ਦੇਖਣ ਦੀ। ਰਾਜਨੀਤਿਕ ਬੰਦੇ ਜ਼ਿਆਦਾ ਫਾਇਦਾ ਲੈ ਰਹੇ ਨੇ ਜੀ ਸੋਸ਼ਲ ਮੀਡੀਆ ਦਾ? ਨਹੀਂ, ਚਲੋ ਰਾਜਨੀਤਿਕ ਹੋਣ ਜਾਂ ਕੋਈ ਵੀ ਹੋਵੇ, ਮੈਂ ਸਮਝਦਾ ਵੀ ਫਾਇਦਾ ਜਿਹੜਾ ਫਾਇਦੇ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ, ਗਲਤ ਗੱਲਾਂ ਜਿਹੜੀਆਂ ਨੇ ਉਹ ਉਹਦੇ ਉਹਦੇ ਤੋਂ ਆਪਣੇ ਆਪ ਨੂੰ ਬਚਣ ਦਾ ਯਤਨ ਕਰਨਾ ਚਾਹੀਦਾ। ਚੀਫ ਖਾਲਸਾ ਦੀਵਾਨ 1904 ਦੀ ਇਹ ਬੋਡੀ ਬਣੀ ਹੋਈ ਹੈ, ਸੋਸਾਇਟੀ ਬਣੀ ਹੈ, 50 ਦੇ ਕਰੀਬ ਇਹਨਾਂ ਦੇ ਇੰਸਟੀਟਿਊਸ਼ਨ ਨੇ, ਨਰਸਿੰਗ ਕਾਲਜ ਨੇ ਇਹਨਾਂ ਦੇ, ਔਰਫਨੇਜ ਨੇ, ਕਈ ਸਕੂਲ ਨੇ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਜੋ ਇਸ ਵੇਲੇ ਬਦਨਾਮੀ ਇਹਨੂੰ ਖੱਟਣੀ ਪੈ ਰਹੀ ਹੈ, ਕੋਈ ਵੀ ਆਗੂ ਇਹਨਾਂ ਦਾ ਸਾਹਮਣੇ ਨਹੀਂ ਆਉਣਾ ਚਾਹ ਰਿਹਾ ਕਿਸੇ ਬਹਿਸ ਲਈ ਜਾਂ ਕਿਸੇ ਬਿਆਨ ਲਈ, ਖਾਸ ਕਰ ਟੀ ਵੀ ਚੈਨਲ ਦੇ ਉੱਤੇ। ਅਤੇ ਇਹਦੇ ਵਿੱਚ ਪੰਜੌਲੀ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਗੱਲ ਜ਼ਿਕਰ ਕੀਤਾ ਹੈ ਕਿ ਜਿੰਨੀਆਂ ਬੋਡੀਜ਼ ਨੇ ਉਹਨਾਂ ਦੇ ਲੀਡਰ ਜੋ ਇਸ ਵੇਲੇ ਕਿਤੇ ਨਾ ਕਿਤੇ ਪਤਨ ਵੱਲ ਹੈ, ਉਹਨਾਂ ਬੋਡੀਜ਼ ਦਾ ਜੋ ਇਸ ਵੇਲੇ ਸੰਵਿਧਾਨ ਚੱਲ ਰਿਹਾ ਜਾਂ ਉਹਨਾਂ ਨੂੰ ਮੋੜਿਆ ਤਰੋੜਿਆ ਜਾ ਰਿਹਾ ਆਪਸੀ ਸਿਰਫ ਆਪਣੇ ਫਾਇਦਿਆਂ ਦੇ ਲਈ, ਅਤੇ ਕੋਈ ਗੱਲ ਉਹਨਾਂ ਲੀਡਰਸ ਨੂੰ ਬਦਲਣ ਦੀ ਲੋੜ ਹੈ। ਚੱਡਾ ਹੋ ਗਿਆ, ਲੰਗਾਹ ਹੋ ਗਿਆ, ਜਿੰਨੇ ਇਹੋ ਜਿਹੇ ਲੀਡਰ ਨੇ, ਇਹ ਜਾਂ ਫਿਰ ਇਹ ਸ਼ਰੇਆਮ ਖੁੱਲ੍ਹੇਆਮ ਹੋ ਜਾਣਾ ਚਾਹੀਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਰੂਸਾ ਆਲਮ ਦੇ ਨਾਲ ਬੈਠਾ ਆ ਤਾਂ ਉਹ ਬੈਠਾ ਸ਼ਰੇਆਮ ਬੈਠਾ ਆ, ਅਤੇ ਉਹ ਉਹਦੇ 'ਚ ਕੋਈ ਲੱਚਰ ਤਾਂ ਨਹੀਂ ਦਿਖ ਰਹੀ, ਉਹ ਆਪਣੇ ਹਿਸਾਬ ਨਾਲ ਉਹ ਹੋਰ ਤਰੀਕੇ ਨਾਲ ਉਹਨੂੰ ਜਸਟੀਫਾਈ ਕਰ ਰਹੇ ਕਿ ਅਸੀਂ ਦੋਸਤਾਂ ਵੀ ਅਸੀਂ ਬੈਠੇ ਹਾਂ, ਔਰ ਉਹਨਾਂ ਨੇ ਸ਼ਰੇਆਮ ਕਿਹਾ ਵੀ ਅਸੀਂ ਦੋਸਤਾਂ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹਨਾਂ ਦਾ ਨਿਸ਼ਾਨਾ ਬੜਾ ਸਪਸ਼ਟ ਸੀ, ਔਰ ਉਹਨਾਂ ਦੀ ਆਈਡੀਓਲੋਜੀ ਬੜੀ ਸਪਸ਼ਟ ਸੀ ਅਤੇ ਸਾਫ਼ ਸੁਥਰੀ ਸੀ, ਇਮਾਨਦਾਰਾਨਾ ਸੀ ਉਹਨਾਂ ਦਾ, ਮਤਲਬ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਨੂੰ ਪਰਿਵਾਰ ਦਾ ਹਿੱਸਾ ਬਣਾਉਣ ਦਾ ਕੋਈ ਮਕਸਦ ਨਹੀਂ ਸੀ, ਉਹ ਲੋਕਾਂ ਦੀਆਂ ਅਤੇ ਪੰਥ ਦੀਆਂ ਸੰਸਥਾਵਾਂ ਸੀ, ਪੰਥ ਦੇ ਭਲੇ ਦੀਆਂ ਸੰਸਥਾਵਾਂ ਸੀ। ਨੰਬਰ ਦੋ 'ਤੇ ਦੂਜੀ ਗੱਲ ਜਿਹੜੀ ਹੈ, ਦੇਖੋ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲ ਨਾਲ ਕਦਾਚਿਤ ਵੀ ਸਹਿਮਤ ਨਹੀਂ ਕਿ ਉਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਆ, ਉਹ ਸਧਾਰਨ ਬੰਦਾ ਨਹੀਂ ਹੈ, ਤੇ ਉਹ ਸ਼ਰੇਆਮ ਜੇ ਏਦਾਂ ਇਹ ਕਹੇਗਾ ਕਿ ਰੂਸਾ ਮੇਰੀ ਦੋਸਤ ਹੈ, ਇਹ ਇਹ ਗੱਲ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਪੰਜਾਬ ਦੇ ਬਜ਼ੁਰਗਾਂ ਨੂੰ ਨਹੀਂ ਚੰਗੀ ਲੱਗਦੀ, ਪੰਜਾਬ ਦੀਆਂ ਮਾਵਾਂ ਭੈਣਾਂ ਧੀਆਂ ਨੂੰ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਵੀ ਇਸ ਗੱਲ ਤੋਂ ਕਿਤੇ ਨਾ ਕਿਤੇ ਕਿਨਾਰਾ ਕਸੀ ਕਰਨੀ ਚਾਹੀਦੀ ਹੈ, ਅਤੇ ਇੱਕ ਨਵੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਨੇ ਜਿਹਨਾਂ ਪੈੜਾਂ ਉੱਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ, ਸਾਡਾ ਪੁੱਤਰ, ਸਾਡੀ ਧੀ ਜਿਹੜੀ ਮਾਣ 'ਤੇ ਗੌਰਵ ਕਰ ਸਕੇ, ਇਹੋ ਜਿਹੇ ਯਤਨ ਕਰਨੇ ਚਾਹੀਦੇ ਨੇ। ਇਹ ਇਹ ਯਤਨ ਬਹੁਤ, ਇਹ ਗੱਲਾਂ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਉਹ ਰੂਸਾ ਨਾਲ ਸ਼ਰੇਆਮ ਘੁੰਮੇ ਤੇ ਕਹੇ ਦੋਸਤੀ, ਪਰਾਈ ਔਰਤ ਦੋਸਤੀ ਹੁੰਦੀ, ਇਹ ਚੰਗੀ ਕਿਸੇ ਤਰ੍ਹਾਂ ਦੀ ਨਹੀਂ। ਦੋਸਤੀ ਦੇ ਅਰਥ ਹੋਰ ਨੇ ਤੇ ਮਤਲਬ ਇਹ ਅਰਥ ਹੋਰ ਲੱਗਦੇ ਨੇ ਮੈਨੂੰ ਜੀ। ਅਕੀਦਾ ਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੋ ਤਰ੍ਹਾਂ ਦੇ ਲੀਡਰ ਨੇ, ਇੱਕ ਦੀਆਂ ਵੀਡੀਓਜ਼, ਲੱਚਰ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਦੂਜੇ ਪਾਸੇ ਉਹ ਇਹਨੂੰ ਤਹਿਜ਼ੀਬ ਦੀ ਗੱਲ ਕਰਦੇ ਆ। ਨਹੀਂ, ਉਹ ਤਾਂ ਇੱਕ ਜਿਹੜੀ ਵੀਡੀਓ ਹੁਣ ਵਾਇਰਲ ਹੋਈ ਆ ਉਹਦੀ ਚਰਚਾ ਘੱਟ ਹੋ ਰਹੀ ਹੈ। ਕੱਲ੍ਹ ਸੁਖਪਾਲ ਕਹਿ ਰਹੇ ਨੇ ਬੜਾ ਚੱਕਿਆ ਉਹਦੇ, ਕਾਫ਼ੀ ਬਕੀਆ ਜਿਹੜੇ ਨੇ ਉਸ ਗੱਲ ਦੇ ਜੀ, ਅਤੇ ਸੁਖਪਾਲ ਹੀ ਮੇਰੇ ਖਿਆਲ ਬੋਲ ਰਿਹਾ ਇਸ ਤਰ੍ਹਾਂ ਦੀ ਗੱਲ ਕਿ ਰੂਸਾ ਆਲਮ ਅਤੇ ਅਮਰਿੰਦਰ ਦੀ ਦੋਸਤੀ ਬਾਰੇ ਕੋਈ ਬੰਦਾ ਬੋਲ ਵੀ ਰਿਹਾ ਨਕਾਸ ਜੀ। ਸਭ ਲੀਡਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਮਥਿੰਗ, ਜਿੰਨੇ ਵੀ ਲੀਡਰ ਹੈਗੇ ਨੇ ਸਭ ਸ਼ਾਂਤ ਨੇ, ਚੁੱਪ ਨੇ ਜੀ। ਇੱਕ ਸਾਡੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨੂੰ ਵਿਧਵਾਵਾਂ ਵਾਂਗ ਪੇਸ਼ ਕੀਤਾ ਪਰ ਉਹ ਕਹਿੰਦੀ ਆ ਵੀ ਜੀ ਉਹ ਵੋਦਕਾ ਮੈਂ ਤਾਂ ਪੀਂਦੀ ਨੀ, ਅਖੀਰ ਮੈਂ ਇਹਨਾਂ ਦੇ ਕੋਲੋਂ ਲੈ ਲੈਣੀ ਆ। ਉਹ ਪ੍ਰਨੀਤ ਕੌਰ ਹੋਣੀ ਕਹਿੰਦੇ ਆ ਕਿ ਮੈਂ ਪੀਂਦੀ ਨੀ, ਵੋਦਕਾ ਪੀਂਦੀ ਨੀ ਮੈਂ, ਲੈ ਲੈਂਦੇ ਆ।
ਇਹ ਮਤਲਬ ਕਿ ਜਦੋਂ ਇਹ ਦੋਸਤੀ ਹੁੰਦੀ ਆ, ਪਰ ਕਿਸੇ ਵੀ ਸਿਧਾਂਤ ਵਿੱਚ, ਕਿਸੇ ਵੀ ਗ੍ਰੰਥ ਵਿੱਚ, ਕਿਸੇ ਵੀ ਰਾਈਟਰ ਨੇ ਅੱਜ ਤੱਕ ਇਹ ਜਸਟੀਫਾਈ ਨਹੀਂ ਕੀਤਾ ਬਈ ਪਰਾਈ ਔਰਤ ਪਵਿੱਤਰਤਾ ਨਾਲ ਦੋਸਤ ਹੁੰਦੀ ਜੀ। ਬਿਲਕੁਲ, ਅਸੀਂ ਇਸ ਬਹਿਸ ਨੂੰ, ਇਸ ਚਰਚਾ ਨੂੰ ਇੱਥੇ ਹੀ ਸਮਾਪਤ ਕਰਨ ਵੱਲ ਵੱਧਦੇ ਹਾਂ, ਕਿਉਂਕਿ ਸਮਾਂ ਜ਼ਰੂਰ ਉੱਤੇ ਹੁੰਦਾ ਜਾ ਰਿਹਾ। ਪਰ ਇਸ ਬਹਿਸ ਦੇ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਆਈ ਕਿ ਜੋ ਚਰਨਜੀਤ ਚੱਡਾ ਇਸ ਵੇਲੇ ਵੀ ਜੀ, ਉਹਨਾਂ ਦੀ ਚੀਫ ਖਾਲਸਾ ਦੀਵਾਨ ਦੀ ਵੈਬਸਾਈਟ ਦੇਖਦੇ ਹਾਂ ਅਤੇ ਉਹਦੇ 'ਤੇ ਪ੍ਰੈਜ਼ੀਡੈਂਟ ਡੈਸਕ 'ਤੇ ਜੋ ਮੈਸੇਜ ਹੈ ਕਿ ਗੁਰੂ ਸਾਹਿਬ ਦੀ ਉਸਤਤ ਕਰਨੀ ਆ ਉਹਨਾਂ ਨੇ, ਐਂਡ ਹੀ ਇਜ਼ ਦ ਫਸਟ ਅੰਮ੍ਰਿਤਧਾਰੀ ਸਿੱਖ ਜਿਹੜਾ ਕਿ ਗੁਰੂ ਸਾਹਿਬ ਦੇ ਪਾਤ ਦੇ ਉੱਤੇ ਚੱਲਦਾ ਆ। ਪਰ ਗੁਰੂ ਸਾਹਿਬ ਨੇ, ਜਿੱਦਾਂ ਪੰਜੌਲੀ ਸਾਹਿਬ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਇਹ ਰਸਤਾ ਸਾਨੂੰ ਨਹੀਂ ਦੱਸਿਆ। ਅਕੀਦਾ ਜੀ ਨੇ ਬਿਲਕੁਲ ਵਧੀਆ ਗੱਲਾਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਕਾਨੂੰਨੀ ਤੌਰ 'ਤੇ ਇਸ ਚੀਜ਼ ਦਾ ਲਾਭ ਜ਼ਰੂਰ ਹੋ ਰਿਹਾ ਆ, ਜਿਹੜੇ ਕੋਈ ਗਲਤ ਤਰੀਕੇ ਨਾਲ ਇਸ ਕਾਨੂੰਨ ਦਾ ਫਾਇਦਾ ਉਠਾਉਣੀਆਂ ਚਾਹ ਰਹੀਆਂ ਨੇ ਔਰਤਾਂ। ਪਰ ਜਿਹੜੀਆਂ ਸੱਚੀਆਂ ਨੇ ਉਹ ਸੱਚੀਆਂ ਨੇ ਔਰ ਉਹਨਾਂ ਨੂੰ ਡਟ ਕੇ ਖੜਨਾ ਚਾਹੀਦਾ ਆ। ਇਸ ਬਹਿਸ ਦੀ ਮੇਜ਼ਬਾਨੀ ਕਰਦੇ ਹੋਏ ਅਰਵਿੰਦਰ ਆਲੂਵਾਲੀਆ ਅੱਜ ਤੁਹਾਡੇ ਤੋਂ ਇਜਾਜ਼ਤ ਲੈਂਦਾ ਆ, ਔਰ ਆਏ ਹੋਏ ਮਹਿਮਾਨਾਂ ਦਾ ਵੀ ਇੱਕ ਵਾਰ ਧੰਨਵਾਦ ਕਰਦੇ ਹਾਂ। ਧੰਨਵਾਦ।